अज एक अजिहे परिवार की कहानी तुहाडे नाल सांझी कर रहे हैं जो बहुत माड़े समय चो निकलिया। लोगों के बड़े ताने मिने भी सुने, लोगों दियां बड़ियां उच्चियां नीवियां गल्लां सुनियां। माता ने ताणी बुण बुण के अपने परिवार को पालिया। परिवार च चाहे पहला पंज धीआं सी, पंज धीआं दे कारण माता नूं बहुत कुछ सुनना पिया, पर हौसला ते दलीरी सब कुछ बदल के रख दिंदी है। माता नूं चाहे वह पंज धीआं कारण बड़े ताने मिने सुन रहे, मम्मी होना दी जां डैडी तो सुनना भी ताने मिने बहुत मारदे सीगे, भी इन्हां दी तां कुड़ियां आईआं मुंडा नहीं हैगा, इन्हां दी तां जिहड़ी पैड़ी आ ਉਹ ਅਸੀਂ ਆਪਾਂ ਬਾਲਾਂਗੇ ਜਿੰਨਾ ਟਾਈਮ ਹੈਗੇ ਆ ਹੈਗੇ ਆ। ਮੰਮੀ ਨੇ ਸੁਣਨ ਦੀਆਂ ਗੱਲਾਂ ਜਾਣੀ ਕਿ ਫਿਰ ਦੁੱਖ ਲੱਗਦਾ ਹਨਾ, ਬਿਲਕੁਲ ਲੱਗਦਾ, ਜਿਹੜਾ ਹਿਰਦਾ ਬਲੂੰਦਰਿਆ ਜਾਂਦਾ ਬੰਦੇ ਦਾ ਵੀ ਸਾਰਾ ਕੁਛ ਹੁੰਦੇ ਹੋਏ। ਫਿਰ ਮੰਮੀ ਹੁਣੀ ਵੀ ਖਬਰਾਂ ਕਹਿੰਦੀ ਹੋਊਗੀ ਵੀ ਹਾਏ ਰੱਬਾ ਤੁਮੇ ਅੱਖਾਂ 'ਚ ਹੁਣ ਵੀ ਬਈ ਪਾਣੀ ਆ ਗਿਆ, ਕਹਿੰਦੀ ਹੋਊਗੀ ਵੀ ਚੱਲ ਇੱਕ ਰੱਬਾ ਦੇ ਹੀ ਦਿੰਦਾ। ਮਾਂ ਹੌਸਲਾ ਰੱਖ, ਇੰਦਰ ਤੇਰੇ ਇੰਨੇ ਪੁੱਤ ਬੈਠੇ ਆ ਕੋਲੇ, ਮੈਂ ਸਮਝ ਸਕਦਾ ਗਾ ਹੁੰਦਾ ਗਾ ਜਦੋਂ ਏਦਾਂ ਦੀਆਂ ਗੱਲਾਂ ਸੁਣਨੀਆਂ ਪੈ ਜਾਣ। ਪਰ ਅੱਜ ਉਹੀ ਪੰਜ ਧੀਆਂ ਬਹੁਤ ਸੁਖੀ ਵੱਸਦੀਆਂ ਨੇ ਤੇ ਉਹਨਾਂ ਪੰਜ ਧੀਆਂ ਨੇ ਮਹਿਲ ਵਰਗਾ ਘਰ ਵੀ ਬਣਾ ਲਿਆ ਤੇ 25 ਸਾਲਾਂ ਬਾਅਦ ਉਹਨਾਂ ਦੇ ਘਰ ਇੱਕ ਪੁੱਤਰ ਪੈਦਾ ਹੁੰਦਾ ਜੋ ਅੱਜ ਕੱਲ੍ਹ ਕਲਾਕਾਰ ਹੈ, ਸਿੰਗਰ ਹੈ ਤੇ ਫਿਲਮਾਂ ਵਿੱਚ ਗਾਣੇ ਉਹਦੇ ਆਉਂਦੇ ਨੇ। ਤੁਸੀਂ ਸੁਣੇ ਹੋਣਗੇ ਪਰ ਰੂਬਰੂ ਅੱਜ ਪਹਿਲੀ ਵਾਰ ਤੁਹਾਨੂੰ ਕਰਵਾਵਾਂਗੇ। ਚਾਰ ਪੰਜ ਬੇਲੀ ਨਾਲ ਪੱਕੇ ਹੁੰਦੇ ਆ, ਕਹਿਣ ਦੀ ਨੀ ਗੱਲ ਬਸ ਧੱਕੇ ਹੁੰਦੇ ਆ, ਚਾਰ ਪੰਜ ਬੇਲੀ ਨਾਲ ਪੱਕੇ ਹੁੰਦੇ ਆ, ਕਹਿਣ ਦੀ ਨੀ ਗੱਲ ਬਸ ਧੱਕੇ ਹੁੰਦੇ ਆ, ਬੇਗੀਆਂ ਤੇ ਚੜਦੇ ਨੀ ਸੀਪ ਮਿੱਠਿਆ, ਜਿਗਰਿਆ ਬੇਲੀਆਂ ਨਾ ਖਹਿਣ ਵਾਸਤੇ, ਹੋ ਪੜਦੇ ਕਾਨੂੰਨ ਕਾਕਾ ਟੁੱਟਣ ਲਈ, ਪਰਚੇ ਵੀ ਹੁੰਦੇ ਪੁੱਤਾਂ ਪਹਿਣ ਵਾਸਤੇ, ਕਰਦੇ ਜੋ ਹੇਠ ਯਾਦ ਨਹੀਂ ਹੋ ਜੁੱਤੀ ਦੇ, ਜੰਮਿਆ ਸਵਾਦ ਜੱਟ ਲੈਣ ਵਾਸਤੇ। ਕਿਆ ਬਾਤ ਹੈ, ਕਿਆ ਬਾਤ ਹੈ। ਪੰਜਵੀਂ ਤੇ ਲੱਗ ਗਿਆ ਸੀ ਤੇ ਵਾਜਾ ਵੀ ਉਹਦੀ ਇਹਨੂੰ ਲੈਤਾ ਸੀ, ਉਹ ਵੀ ਇਹਦਾ ਮੂੰਹ ਫਟਕਾ ਰਿਹਾ ਸੀ, ਉਹਦੀ ਵਾਜਾ ਵੀ ਇਹਨੂੰ ਲੈ। ਘਰ ਵਾਲੀ ਸਿੰਗਰ ਭਾਵ ਲਿਓ ਕਿਉਂ ਬਾਈ, ਕੀ ਲੱਗਦਾ ਵਾ? ਸਾਨੂੰ ਟਾਈਮ ਦੇ ਦਿਆ ਕਰੀ। ਯਾਰ ਜਿਹੜਾ ਨੌ ਦੇ ਹੱਥ ਦਾ ਉਹੀ ਹੁੰਦਾ, ਸਾਡੀ ਆ ਉਹ ਤਾਂ ਵੱਖਰਾ ਹੀ ਆ। ਹਾਂ ਐ ਕਰਿਆ ਕਰ, ਜਿੰਨੇ ਵਿਆਹ ਨਹੀਂ ਹੁੰਦਾ ਚੂੜੀਆਂ ਤੂੰ ਪਾ ਕੇ ਬਣਾ ਦੇ ਕਰ, ਜਿਹੜੀ ਗੱਲ ਦਾ ਕਿਆ ਮਾਦਾ ਆ ਛੜਕਾਰੀਆ, ਮਾਦਾ ਉੱਤੋਂ ਉੱਤੇ ਕਰਦਾ ਹੱਥ ਨਾ ਜਿਵੇਂ ਲੱਡੂ ਫੁੱਟਦੇ ਦੇ ਅੰਦਰ। ਨਹੀਂ ਮੈਂ ਤਾਂ ਕਹਿੰਦੀ ਆ ਇਹਨੂੰ ਹੁਣ ਵਿੱਚ ਕਹਿ ਦਿੰਦੇ ਆ ਵੀਡੀਓ 'ਚ ਉਹ ਹਜੇ ਲੱਡੂ ਨਾ ਖਾਵੀ, ਬੇ ਪੁੱਤ ਤੁਸੀਂ ਖਾਧੇ ਨੀ ਜਿਵੇਂ ਗੁਰਪ੍ਰੀਤ ਭੰਗੂ ਹੋਰੀ ਜਾਂ ਰਿਸ਼ੀ ਮੈਂ ਮਾਂ ਕਰਦੀ ਆ, ਕੱਪਾ ਜਾ ਸੀ ਨੂੰ ਫਿਰ ਕਿਵੇਂ ਕਰੋਗੇ ਤੁਸੀਂ? ਮੈਂ ਨੀ ਪਤਾ ਐ ਕਰੋਗੇ ਸੀ ਕਈ ਬੋਲ ਕੇ ਲੈ ਆਪਾਂ ਹੁਣੇ ਕਰਾਉਣੇ ਆ। ਹਾਂ ਕਰਦੇ ਮਾਤਾ ਕਰਦੇ ਕਰਦੇ ਟੈਂਟੜੇ ਮੰਮੀ। ਹਾਂ ਉੱਤਰ ਮਾਮਾ ਯਾਰ ਸੰਧਾਰਾ ਲੈ ਕੇ ਤਾਂ ਆਇਆ ਨੀਗਾ ਤੇ ਆ ਜੂਗਾ, ਹਜੇ ਤਾਂ ਸੌਣੀ ਅੱਜ ਦਾ ਵਿਆਹ 6-7 ਦਿਨ ਹਜੇ ਅੱਧਾ ਸੌਣ ਤੱਕ ਵਿਆਹ ਵੀ ਨੀ ਗਾ, ਤੈਨੂੰ ਸੰਧਾਰੇ ਨੂੰ ਲੱਗਾ ਰਹਿੰਦਾ ਜਦ ਤੂੰ ਦਿਆ। ਮੇਰੇ ਨਾਲ ਦੇ ਸਾਰੇ ਕਹਿੰਦੇ ਰਹਿੰਦੇ ਸਾਡਾ ਮਾਮਾ ਸੰਧਾਰਾ ਦੇ ਗਿਆ, ਬਿਸਕੁਟ ਚਾਹ ਚ ਡਬੋ ਡਬੋ ਜਦੋਂ ਸਟੋਰੀ ਮੈਨੂੰ ਪਾਉਂਦੇ ਆ ਮੇਰਾ ਬਹੁਤ ਜੀ ਕਰਦਾ। ਤੇਰਾ ਜੀ ਕਰਦਾ ਫਿਰ ਤੂੰ ਨੀ ਦੇਖਿਆ, ਤੇਰੀਆਂ ਵੀ ਡੀਕਦੀਆਂ ਹੋਣਗੀਆਂ, ਉਹ ਵੀ ਡੀਕਦੀਆਂ, ਤੂੰ ਨੀ ਦੇਖਿਆ ਆ ਆਪਦੇ ਤਾਂ ਤੂੰ ਭਾਈ ਨੂੰ ਜਮਾਂ ਨੀ ਬੋਲਣ ਦਿੰਦੀ, ਪਿਆਉਂਦੇ ਮਾਂ ਬੋਲਣ ਜੋ ਤੂੰ ਨੀ ਬੋਲਦਾ, ਤੂੰ ਆਪਦਿਆਂ ਨੂੰ ਦੇਖਿਆ, ਮੇਰੇ ਨੂੰ ਕਹਿੰਦਾ ਤੂੰ ਦੇ ਆ। ਮੈਂ ਦੇ ਆਵਾਂਗੇ ਕੋਈ ਨਾ, ਉਹ ਵੀ ਆ ਜਾਣਗੇ ਕੋਈ ਨਾ। ਵਾਹ ਬਈ ਵਾਹ ਬੇਬੇ, ਐਕਟਿੰਗ ਵਾਕਈ ਤੇਰੀ ਬਹੁਤ ਘੈਂਟ ਆ।
ਨਹੀਂ ਬਾਈ ਜੇ ਕੋਈ ਫਿਲਮ ਦਾ ਪ੍ਰੋਡਿਊਸਰ ਫਿਲਮ ਵੇਖ ਰਿਹਾ ਫਿਲਮ ਦਾ ਰਾਈਟਰ ਵੇਖ ਰਿਹਾ ਬੇਬੇ ਦਾ ਸੀਨ ਇੱਕ ਪੱਕਾ ਕਰ ਲਓ ਪੇਮੈਂਟ ਦੱਸ ਦਿਓ ਕਿੰਨੀ ਕੁ ਲਓਗੇ ਪੇਮੈਂਟ ਕਰ ਲਵਾਂਗੇ ਰੱਜ ਕੇ ਹੁਣ ਥੋੜੀ ਦੇਣ ਥੋੜੀ ਲੈਣੀ ਆ ਪੇਮੈਂਟ ਤਾਂ ਫਿਰ ਰੱਜ ਕੇ ਲਵਾਂਗੇ ਪੂਰੀ ਫਿਰ ਬਣਦੀ ਵੀ ਬਣਦੀ ਵੀ ਆ ਇੰਨੇ ਗੋਡੇ ਰਹਿ ਗਏ ਕਸੇ ਪਏ ਜਾਇਆ ਮੱਡੇ ਦੇ ਗੋਡੇ ਤਾਂ ਹੋਰ ਉਹ ਨਵਾਂ ਲਵਾ ਦੇਵਾਂਗੇ ਨਵਾਂ ਨਾ ਗੋਡੇ ਨਵੇਂ ਤਾਂ ਨਹੀਂ ਪਾਉਂਦੀ ਇਹ ਰੱਬ ਬੋਲ ਕਿਉਂਕਿ ਪੈਸਾ ਚੀਜ਼ ਹੀ ਇਹੋ ਜੀ ਆ ਬੰਦਾ ਲੈਣ ਵੇਲੇ ਕੁਝ ਹੋਰ ਹੁੰਦਾ ਜਦੋਂ ਦੇਣੇ ਆ ਉਦੋਂ ਗੱਲ ਹੋਰ ਹੁੰਦੀ ਆ ਬਿਲਕੁਲ ਕਿਉਂਕਿ ਪੈਸਾ ਹੀ ਮੈਂ ਅੱਜ ਦੇ ਦੌਰ 'ਚ ਟਾਈਮ 'ਚ ਸਮਝਦਾ ਵੀ ਸਾਰਾ ਪੀਰ ਬਣਾ ਦਿੱਤਾ ਪੀਰ ਬਣਾਤਾ ਕੋਈ ਰਿਸ਼ਤੇਦਾਰ ਹੈ ਹੀ ਨਹੀਂ ਜਿਹਦੇ ਕੋਲੇ ਪੈਸੇ ਆ ਚਾਰ ਉਹਦੇ ਸਾਰੇ ਰਿਸ਼ਤੇਦਾਰ ਵੀ ਆ ਬਾਈ ਬਿਲਕੁਲ ਉਹਦੇ ਕੋਲੇ ਸਾਰੇ ਜਾ ਕੇ ਵੀ ਖੜਦੇ ਆ ਜਦੋਂ ਵੱਡੀ ਗੱਲ ਤਾਂ ਇਹ ਆ ਵੀ ਜਿੰਨਾ ਟਾਈਮ ਤੁਹਾਨੂੰ ਚਾਰ ਬੰਦੇ ਜਾਣਦੇ ਨੇ ਉਹਨਾਂ ਟਾਈਮ ਤੁਹਾਡੇ ਘਰੇ ਕੋਈ ਨੀ ਆ ਕੇ ਖੜਦਾ ਨਾ ਤਾਂ ਯਾਰੀ ਆ ਨਾ ਕੋਈ ਯਾਰ ਆ ਨਾ ਕੋਈ ਤੁਹਾਡਾ ਰਿਸ਼ਤੇਦਾਰ ਆ ਜਿਹਦੇ ਕੋਲੇ ਪੈਸਾ ਉਹਦਾ ਤੁਰਿਆ ਜਾਂਦਾ ਵੀ ਯਾਰ ਵੱਡੇ ਧੀ ਪੁੱਤ ਦੇ ਮਾਣ ਵੀ ਵੱਧ ਹੁੰਦਾ ਵੱਧ ਹੁੰਦਾ ਹੁੰਦਾ ਵੱਧ ਝੜਕ ਵੀ ਉਸੇ ਨੂੰ ਵੱਧ ਪੈਂਦੀ ਆ ਨਹੀਂ ਝੜਕ ਵੀ ਪੈਂਦੀ ਆ ਤੇ ਪੁੱਟ ਵੀ ਲੈਂਦੇ ਸੀ ਠੀਕ ਹੈ ਜੀ ਦੋਵੇਂ ਕੰਮ ਚੱਲਦੇ ਸੀ ਨਹੀਂ ਚੱਲਦੇ ਸੀ ਬਾਪੂ ਜੀ ਨੇ ਆਏ ਨਹੀਂ ਮੇਰੇ ਨੇ ਕਹਿਣਾ ਸੀ ਬਈ ਤੂੰ ਇਹਨਾਂ ਮੈਨੂੰ ਨਹੀਂ ਹੱਥ ਲਾਉਣ ਦਿੰਦਾ ਸੀ ਕਿਸੇ ਨੂੰ ਤੇ ਪਰ ਮੈਂ ਜਿੰਨਾ ਮਰਜ਼ੀ ਪੁੱਟ ਲੈਂਦੀ ਸੀ ਅੱਛਾ ਜੀ ਮਾਂ ਮੈਨੂੰ ਨਹੀਂ ਉਹਨੇ ਵੀ ਕਦੇ ਠੀਕ ਹੈ ਤੇ ਦੂਜਿਆਂ ਨੂੰ ਸਾਰਿਆਂ ਨੂੰ ਕੁੱਟਦੇ ਸੀ ਜੋ ਚਾਕੇ ਕਢਾਏ ਵੇ ਹੁਣ ਸੁੱਖ ਨੂੰ ਸਾਰੇ ਬਿਲਕੁਲ ਤੇ ਇੰਦਰ ਨੂੰ ਕਿੰਨਾ ਕੁੱਟਿਆ ਮੈਂ ਇੰਦਰ ਨੂੰ ਤਾਂ ਬਹੁਤ ਕੁੱਟਿਆ ਇੰਦਰ ਨੂੰ ਕਾਹਦੇ ਪਿੱਛੇ ਕੁੱਟਿਆ ਸਕੂਲ ਪਿੱਛੇ ਅੱਛਾ ਜਾਣਾ ਨਹੀਂ ਸੀ ਲਾਇਆ ਵੀ 7 ਸਾਲ ਦਾ ਸੀ ਜੇ ਮੈਂ ਅੰਗਣਵਾੜੀ ਲੈ ਜਾਂਦੀ ਸੀ ਜੀ ਤਾਂ ਮੈਂ ਉਹਨਾਂ ਨੇ ਕਿਹਾ ਮਾਂ ਕਾਹ ਤੋਂ ਕੁੱਟਦੀ ਆ ਤੂੰ ਮਾਂ ਕਾਹ ਤੋਂ ਕੁੱਟਦੀ ਆ ਮੈਂ ਕਹਿਣਾ ਆਹੋ ਫਿਰ ਮੈਨੂੰ ਤਾਂ ਹਜੇ ਘਰੇ ਵੀ ਨਹੀਂ ਆਉਣ ਦਿੱਤਾ ਇਹਨੂੰ ਇਹ ਪਹਿਲਾਂ ਆ ਗਿਆ ਬਹੁਤ ਕੁੱਟਿਆ ਹੈ ਬਹੁਤ ਆ ਸਕੂਲ ਪਿੱਛੇ ਕੁੱਟ ਕਰਦੀ ਆ ਸਕੂਲ ਪਿੱਛੇ ਮੂੰਹ ਨਹੀਂ ਇਹਦਾ ਮੂੰਹ ਕੁੱਟ ਕੇ ਪਰ ਫਿਰ ਮੈਂ ਰੋ ਵੀ ਲੈਂਦੀ ਸੀ ਹਾਂ ਮੇਰਾ ਕੁਆੜੂ ਕੁੱਟਿਆ ਹੈ ਨਾ ਫਿਰ ਬੰਦੇ ਜੇ ਲਫੈਂਡਿਆਂ ਕੁੜੀ ਪਿੱਛੇ ਲੜਦੇ ਨਹੀਂ ਯਾਰੀ ਲਈ ਸਟੈਂਡਿਆਂ ਉਹ ਰੰਨਾ ਗੋਰੀਆਂ ਦੀ ਗੱਲਾਂ ਚ ਤਾਂ ਕਦੇ ਨੀ ਆਉਂਦੇ ਯਾਰਾਂ ਦਾ ਕਿਹਾ ਤਾਂ ਕਦੇ ਵੀ ਨੀ ਮੋੜੀਦਾ ਉਹ ਵੈਰ ਪਾ ਲਵੇ ਉਹ ਜਾਂ ਕੋਈ ਪਿਆਰ ਪਾ ਲਵੇ ਰੱਬ ਦੀ ਸੋਇਆ ਆਪਾਂ ਦੁੱਗਣਾ ਹੀ ਮੋੜੀਦਾ ਹਾਂ ਵੈਰ ਪਾ ਲਵੇ ਉਹ ਜਾਂ ਕੋਈ ਪਿਆਰ ਪਾ ਲਵੇ ਰੱਬ ਦੀ ਸੋਇਆ ਆਪਾਂ ਦੁੱਗਣਾ ਹੀ ਮੋੜੀਦਾ ਪੱਚੀਆਂ ਸਾਲਾਂ ਮਗਰੋਂ ਦੇਖਿਆ ਸੀ ਮੈਂ ਤਾਂ ਕਹਿੰਦੀ ਸ਼ੁਕਰ ਆ ਮੇਰੀ ਧਰਤੀ ਨੂੰ ਸਾਨੂੰ ਕਰਦੀ ਸੀ ਵੀ ਪਰਮਾਤਮਾ ਨੇ ਦੇਤਾ ਦੁੱਧਾਂ ਦੇ ਥਾਂ ਦੁੱਧ ਦੇਤਾ ਪੁੱਤਾਂ ਦੇ ਥਾਂ ਪੁੱਤ ਸੀ ਬਿਲਕੁਲ ਮਾਂ ਜਦੋਂ ਇੱਦਾਂ ਆਂਢ ਗੁਆਂਢਣਾ ਤਾਂ ਮੇਣੇ ਮਾਰਨ ਲੱਗ ਜਾਣ ਸਰੀਕੇ 'ਚ ਜਦੋਂ ਅਜਿਹੀਆਂ ਗੱਲਾਂ ਹੋਣ ਲੱਗ ਜਾਣ ਤਾਂ ਫਿਰ ਘਰ ਦੇ ਮਰਦ ਜਾਣੀ ਕਿ ਬਾਪੂ ਜੀ ਉਹਨਾਂ ਦਾ ਵੀ ਕਿਤੇ ਨਾ ਕਿਤੇ ਦਿਲ ਤਾਂ ਡੋਲਦਾ ਹੀ ਆ ਡੋਲਦਾ ਸੀਗਾ ਪਰ ਨਹੀਂ ਬੰਦਾ ਕਹਿੰਦੇ ਹੁੰਦੇ ਸੁਣਾਉਂਦਾ ਨਹੀਂ ਹੁੰਦਾ ਬੋਲ ਕੇ ਬੁੜੀ ਗੱਲ ਸੁਣਾ ਦਿੰਦੀ ਹੈ ਬੋਲ ਕੇ ਬੰਦਾ ਸੁਣਾਉਂਦਾ ਨਹੀਂ ਬਿਲਕੁਲ ਮਾਂ ਤੇ ਕਦੇ ਬਾਪੂ ਜੀ ਨੇ ਨਹੀਂ ਜ਼ਿਕਰ ਕੀਤਾ ਕਿਉਂਕਿ ਨਾ 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 ਬਿਲਕੁਲ ਹੀ ਨਹੀਂ ਨਾ ਇਹਨਾਂ ਦਾਦੇ ਨੇ ਨਾ ਬਾਪੂ ਨੇ ਜਮਾ ਉਹਨਾਂ ਦਾ ਮੂੰਹ ਹੀ ਨਹੀਂ ਫਟਕਾਰਨ ਦਿੱਤਾ ਇਹਨਾਂ ਦੇ ਜਮਾ ਜੀ ਨਾ ਕਦੇ ਨਹੀਂ ਕਿਹਾ ਬਈ ਜਾਂ ਸਾਡੇ ਇੰਨੇ ਜੇ ਲੋਕਾਂ ਕਿਸੇ ਨੇ ਕਹਿ ਵੀ ਦੇਣਾ ਵਾਹ ਜਸਵੰਤ ਰੇ ਇੰਨੀਆਂ ਧੀਆਂ ਦੱਸ ਵੀ ਕਦੇ ਇਹਨੇ ਕਹਿਣ ਨਹੀਂ ਦਿੱਤਾ ਸੀਗਾ ਵੀ ਮੇਰੇ ਕੁੜੀਆਂ ਇਹਨੇ ਕਹਿਣਾ ਮੇਰੇ ਪੁੱਤ ਵਾ ਜੀ ਨਾ ਇਹਨੇ ਮੂੰਹ ਫਟਕਾਰੇ ਆ ਜਮਾ ਵੀ ਜੀ ਨਾ ਮਾਤਾ ਬੜਾ ਕੁਝ ਹੋ ਜਾਂਦਾ ਕਿਉਂਕਿ ਅਕਸਰ ਜਦੋਂ ਧੀਆਂ ਜਾਂਦੀਆਂ ਨੇ ਉਹਦੇ ਮਾਂ ਪਿਓ ਨੂੰ ਫਿਕਰ ਪੈ ਜਾਂਦਾ ਕਿ ਇਹਦੇ ਸਮਾਨ ਜਾਂਦੀ ਦਾ ਹੀ ਪੈ ਜਾਂਦਾ ਬਿਲਕੁਲ ਜੀ ਜਾਂਦੀ ਦਾ ਹੀ ਧੀ ਦਾ ਤਾਂ ਫਿਕਰ ਆ ਤਿੰਨੇ ਕੱਪੜੇ ਜਾਂਦੀ ਪਾਇਆ ਸੀ ਤੇ ਫਿਰ ਘਰ ਕੇ ਹਾਲਾਤ ਕਿੱਦਾਂ ਦੇ ਸੀ ਉਸ ਸਮੇਂ ਘਰ ਹਾਲਾਤ ਤਾਂ ਪੁੱਤ ਇਹੋ ਜਿਹੇ ਸੀ ਬਈ ਨਾ ਠੀਕ ਹੀ ਸੀ ਆਪਦੀ ਮਿਹਨਤ ਕਰਦੀ ਸੀ ਮਿਹਨਤ ਕਰਕੇ ਆਪਦੇ ਬੱਚੇ ਪਾਲ ਲਏ ਪੜ੍ਹਾ ਲਏ ਤੁਸੀਂ ਤਾਣੀ ਬੁਣਦੇ ਹੁੰਦੇ ਸੀ ਤਾਣੀ ਮੈਂ ਬਹੁਤ ਬੁਣੀ ਆ ਤਾਣੀ ਦਾ ਤਾਂ ਤਿੰਨ ਛੱਡ ਤਾਂ ਹੀ ਤਾਂ ਇਹ ਵੀ ਕਹਿਣ ਦਾ ਮਾਂ ਤੇਰੇ ਗੋਡੇ ਕਿੱਥੇ ਘਸ ਗਏ ਫਿਰ ਤਾਣੀ ਬੁਣ ਬੁਣ ਕੇ ਜਿਹੜੇ ਕੇ ਗੋਡੇ ਘਸ ਗਏ ਜੀ ਤੇ ਗੋਡੇ ਅੱਜ ਵੀ ਤਾਣੀ ਬੁਣਨ ਵਾਲੇ ਕਹਿੰਦੇ ਆ ਤੁਹਾਨੂੰ ਨਾ ਹਾਂ ਹਾਂਜੀ ਕਿਉਂਕਿ ਪਿੱਛੇ ਪੁੱਛਿਆ ਕਹਿੰਦੇ ਤਾਣੀ ਵਾਲੇ ਬੰਦੇ ਮੈਂ ਕਿਹਾ ਹਾਂਜੀ ਹੁਣ ਮਿਹਨਤ ਕਰਦੇ ਸੀ ਬੁਣਦੇ ਸੀ ਜੀ ਲੋਕਾਂ ਦੀਆਂ ਜਿਹਦੇ ਮਿਹਨਤ ਕਰਕੇ ਆਪਦੇ ਬੱਚੇ ਪਾ ਲਏ ਪੜ੍ਹਾ ਲਏ ਰਾਜ ਬਣਾ ਤੇ ਧੀਆਂ ਤੋਰਤੀਆਂ ਬਿਲਕੁਲ ਮਾਤਾ ਜਿੱਥੇ ਸਹੁਰੇ ਪਰਿਵਾਰ ਨੂੰ ਫਿਕਰ ਹੁੰਦਾ ਬੱਚਿਆਂ ਨੂੰ ਲੈ ਕੇ ਤੇ ਪੇਕੇ ਪਰਿਵਾਰ ਨੂੰ ਉਦੋਂ ਵੱਧ ਫਿਕਰ ਹੋ ਜਾਂਦਾ ਉਦੋਂ ਵੱਧ ਬਾਪੂ ਹੋਰਾਂ ਨੇ ਫਿਕਰ ਜਤਾਇਆ ਹੋਣਾ ਬਾਪੂ ਜੀ ਉਹਨਾਂ ਨੇ ਐਂ ਕਹਿੰਦੇ ਹੁੰਦੇ ਸੀਗੇ ਇਹਨਾਂ ਨਾਨਾ ਜੀ ਤਾਂ ਨੇ ਕਹਿਣਾ ਅਮਰ ਪੁੱਤ ਤੈਂ ਮੂੰਹ ਨੀ ਫਟਕਾਰਨੇ ਕੋਈ ਨੀ ਇਹ ਪੁੱਤ ਹੀ ਆ ਤੇਰੇ ਜੀ ਵੀ ਪਰ ਅਸੀਂ ਨੀ ਦੇਖਣਾ ਗਾ ਪਰਮਾਤਮਾ ਨੇ ਤੇਰੇ ਦੇਣਾ ਜ਼ਰੂਰ ਆ ਵੀ ਪਰ ਅਸੀਂ ਨੀ ਦੇਖਣਾ
मेरी ना प्यो मेरे ने मूह फटकारिया एक दिन भी ओने कहना सी मेरा जेठा पुत वा ओने कहना मेरा जेठा पुत मेरा जेठा पुत वा जिमे चाचिया ने हसन लग जाना लसाल का नाम मारे अमर करता रहा ने कहना ना मेरे अमर नु ना पुछ के मेरा जेठा पुत है बिलकुल फर्क पे पुत मान भी झिड़क भी उस पी झिड़क भी पी पुट भी लेंदे ठीक है जी दोवे काम चलते चलते बापू जी ने आए नी मेरे ने कहना सी बिलकुल इंदर नु किन्ना कुटिया मैं इंदर नु तो बहुत कुटिया पिछे कुटे स्कूल अच्छा जाना नहीं सी लाया भी सात साल दा सी जे मैं आंगनवाड़ी ले जांदी सी बंदक खेड लूगा जो मेन देख लेना भी दिसी नी मां घोड़े जे तो मार के छाल भज लेना मैं दसते ओले किसी से खड़ी होना मैं कहना देख दी भज जान दे भी हुण मगर जान दे हुण घरे निकलिया दूजिया छोटिया दो व्याहिया नहीं सी मगरों व्याह किते से उन्होंने उन्होंने कहना मम्मी किथे है मम्मी किथे आ इन्हे फिर देख के बार खड़ जाना भी मम्मी तो आई नी स्कूल पिछे कुट पिछे कुट के पर फिर मैं रो भी लेंदी फिर कुड़िया भी रो पी मां बार कुट दया मैं कहना स्कूल नहीं जाता आगड़ पिछड़ा मेहनत नहीं करनी पी कुछ जाओ स्कूल तैयार करके सारा कुछ करके जूड़े करके सर बह के परौठे बना के सब कुछ दिना उथो जाके फिर मुड़े आऊंगा क्यों बी डर का लगता एक छोटे स्कूल तो गल डर लगता है मेरे ना रिजेक्टर नहीं पूरे होंगे छुट्टिया होंदिया ज्यादा मैं नानके जा वड़ा हों बाद मैं नानके जाता हों क्योंकि उत्थे मामे दे मुंडे इको जे होंदे सारे खेडदे रहना छुट्टिया का मेरा काम रह जाना उस तों बाद मैं छुट्टिया तो बाद भी छुट्टिया कर लैनी काम मेरा फिर नहीं पूरा होना ठीक है फिर एक बार की होया भाई मैनू ना स्कूलों लैन आ गई प्रिंसीपल लैन आ गया ठीक है ते मेरे एक हाथ च बोतल ते मेरे बैग मोडे टंगया धक्के मारी चल लै चल लैदा मोटर खड़ा जिथो तुम हम मुड़ के आए हो ओदा मोटर इधो सा गली सारी कठी हुई भी की गल की हुई जो ओना ने देखा भी एन धोई ले जाते ओना ने फिर की किया जेड़ा प्रिंसीपल सी वह मोटर है चला लग गया प्रिंसीपल ने बोतल भी चलाईया भी छड़ देवे फिर गया छड़ा ले
नंबर घट आने सैन करा के लिया कर मैं आपदे सैन ही कर दूंगा डैडी दे सैन है थोड़े जे अटदे है उन्हें कहते पता सीगा भी अंकल दे सैन नहीं है फिर जानी के डर जा बंदे ने जदों मन च जवाक दे पै जेलर गल गल आ गया ठीक है वाली कुट पई है भाई फिर एक ही ना असी ਜਾਣੀ ਦਸ ਤਾਂ ਮੈਂ ਇੱਥੇ ਪੜ੍ਹੀ ਆ ਫਿਰ ਅਸੀਂ ਲਾਗੇ ਸੀਗੇ 11ਵੀਂ 12ਵੀਂ ਜੇ ਮੰਮੀ ਨਾਲ ਮੈਨੂੰ ਮਾਨੋ ਕੇ ਲਾਤਾ ਸੀ ਭਾਈ ਦਾਨ ਸਿੰਘ ਠੀਕ ਹੈ ਤੇ ਉੱਥੋਂ ਉੱਥੇ ਨਾ ਅਸੀਂ ਕੀ ਕੀਤਾ ਮੇਰੇ ਨਾਲ ਦੇ ਹੁੰਦੇ ਮੁੰਡੇ ਉਦੋਂ ਫਿਲਮ ਆਈ ਸੀਗੀ ਗਿੱਪੀ ਗਰੇਵਾਲ ਦੀ ਤੇ ਸਿੰਘ ਵਰਸ ਇੱਕ ਔਰ ਅਸੀਂ ਕੀ ਕੀਤਾ ਅਸੀਂ ਜਾਂਦੇ ਘੱਟ ਹੀ ਹੁੰਦੇ ਸਕੂਲੇ ਕਿਉਂਕਿ ਪਿੰਡ ਦਾ ਹੁਣ ਡਰ ਰਹਿੰਦਾ ਸੀਗਾ ਵੀ ਮਗਰ ਨਾ ਆਇਆ ਤੇ ਅਸੀਂ ਉੱਥੋਂ ਬੰਕ ਮਾਰ ਕੇ ਨੰਘ ਜਾਣਾ ਠੀਕ ਹੈ ਫਿਲਮ ਦੇਖਣ ਜਾ ਵੜੇ ਫਿਲਮ ਦੇਖਣ ਜਾ ਵੜੇ ਭਾਈ ਜਦੋਂ ਫਿਲਮ ਦੇਖਣ ਜਾ ਵੜੇ ਸਾਨੂੰ ਨਾ ਰਾਹ ਚ ਆਉਂਦੇ ਨੂੰ ਉੱਥੇ ਕੰਟੀਨ ਵਾਲਾ ਹੁੰਦਾ ਸੀ ਠੀਕ ਹੈ ਜਿਹੜੀ ਕੰਟੀਨ ਸੀ ਕਾਲਜ ਉਹਨੇ ਕਿਤੇ ਸਾਨੂੰ ਪਛਾਣ ਲਿਆ ਮੇਰੇ ਦਾ ਮੂੰਹ ਮਾ ਬੰਨਿਆ ਸੀ ਮੇਰੇ ਦੋ ਸੀਗੇ ਨਾਲ ਦੇ ਜਿਹੜੇ ਉਹਨਾਂ ਦਾ ਨੀ ਮੂੰਹ ਬੰਨਿਆ ਸੀ ਉਹ ਪਛਾਣੇ ਗਏ ਹਾਂ ਇੱਕ ਉਹਦਾ ਸੀ ਤਾਇਆ ਦਾ ਜੇ ਵਾਲ ਕਟਾਏ ਸੀਗੇ ਅਰਦੇ ਤਾਂ ਉਵੇਂ ਲਾਦੇ ਜਾਣੀ ਕਿ ਕਹਿੰਦੇ ਨੀ ਸੀਗੇ ਤੇ ਜਦੋਂ ਭਾਈ ਉਹਨਾਂ ਨੇ ਪਛਾਣ ਲਿਆ ਉਹਨੇ ਆ ਕੇ ਪ੍ਰਿੰਸੀਪਲ ਨੂੰ ਦੱਸਤਾ ਉੱਥੇ ਉਹ ਦੋਵਾਂ ਨੂੰ ਤਾਂ ਲੈ ਗਈ ਉਹ ਪਛਾਣ ਕੇ ਉਹ ਲੈ ਗਿਆ ਆਪ ਹੀ ਆ ਕੇ ਜਦੋਂ ਪੀੜ ਚੱਲਦਾ ਸੀ ਅਸੀਂ ਬੈਠੇ ਟੈਸਟ ਦੇ ਜਾਂਦੇ ਸੀ ਬਾਹਰ ਜਦੋਂ ਦੋਵਾਂ ਨੂੰ ਲੈ ਗਿਆ ਪੁੱਟ ਕੇ ਆ ਕੇ ਤੇ ਘਰੇ ਆ ਕੇ ਫਿਰ ਆਪ ਰੋ ਪਿਆ ਮੈਨੂੰ ਕਹਿੰਦਾ ਜੇ ਅੰਦਰ ਦੀ ਤਾਜ ਬਹੁਤ ਲੱਗੀਆਂ ਮੈਂ ਕਿਹਾ ਤੁਸੀਂ ਕਾਹਤੋਂ ਕੁੱਟਿਆ ਉਹਨੂੰ ਕੀ ਗੱਲ ਕੀ ਸੀ ਮੈਂ ਨਿੱਤ ਤਾਂ ਸਕੂਲ ਜਾਂਦਾ ਤੈਨੂੰ ਕਹਿੰਦਾ ਕਮਲ ਕੇ ਕੀ ਪਤਾ ਵੀ ਸਕੂਲ ਜਾਂਦਾ ਕਿੱਥੇ ਜਾਂਦਾ ਉਹਦੇ ਟੀਚਰ ਨੇ ਕਿਤੇ ਫੋਨ ਲਾ ਤਾ ਉਹ ਬੈਠਾ ਮਾਨੂੰ ਕਿਸੇ ਆਪਣੀ ਗੁੱਡੀ ਵੱਡਵਾਂ ਛੋਟੀ ਮਾਨੂੰ ਕੀ ਵੈਰੀ ਵੀ ਹੈ ਉਹ ਬੈਠਾ ਆਪਦੀ ਧੀ ਕੋਲੇ ਸੀ ਉੱਥੇ ਹੀ ਉਹਨੂੰ ਫੋਨ ਚੱਲਿਆ ਗਿਆ ਉੱਥੋਂ ਹੀ ਉੱਠਿਆ ਉੱਠ ਕੇ ਉਹ ਸਕੂਲ ਸਕੂਲ ਚ ਜਾ ਵੜਿਆ ਜਾ ਵੜਿਆ ਚੜਦਾ ਜਾਂਦਾ ਆਜ ਫਿਰ ਇਧਰ ਉਹਨਾਂ ਨੂੰ ਤਾਂ ਕੁਛ ਨੀ ਗਿਆ ਮੈਨੂੰ ਸਾਰਿਆਂ ਦੇ ਸਾਹਮਣੇ ਕੁੱਟਿਆ ਨਾ ਫਿਰ ਪ੍ਰਿੰਸੀਪਲ ਨੇ ਛਡਾਇਆ ਕਿਸੇ ਨੇ ਨੀ ਛਡਾਇਆ ਪੈ ਜਾਣ ਕੋਲਮ ਲਾ ਕੇ ਫਿਲਮ ਮਹਿੰਗੀ ਪੈ ਗਈ ਗੁੰਡੂ ਬਾਈ ਉਹਦਾ ਯਾਦਗਾਰੀ ਫਿਲਮ ਬਣ ਗਈ ਠੀਕ ਆ ਉਹ ਨੀ ਭੁੱਲਦੀ ਸਾਰੀ ਉਮਰ ਠੀਕ ਭੁੱਲਣੀ ਮੈਂ ਮੁੜ ਕੇ ਆ ਕੇ ਰੋਣ ਲੱਗ ਗਏ ਕਹਿ ਕੂ ਕੇ ਮੈਂ ਤਾਂ ਬਾਹਰ ਹੋਈ ਮੈਂ ਤਾਂ ਬਿੰਦ ਕਮੌਰ ਬਾਹਰ ਚ ਜਾਵਾਂ ਵੀ ਬੱਸ ਨਾ ਗਈ ਸਕੂਲ ਵਾਲੀ ਬਿੰਦਰ ਜੀ ਤਾਂ ਆਇਆ ਨੀ ਫਿਰ ਮੈਂ ਫਿਰ ਇਹਨੇ ਇਹਦੇ ਮਾਮੇ ਨੂੰ ਫੋਨ ਲਾਇਆ ਇਹ ਨੀ ਇਹਦੇ ਪਿਓ ਨੇ ਕਹਿੰਦਾ ਫਿਰ ਬਈ ਗਿਆਨੀ ਇੱਧਰ ਇੰਦਰਜੀਤ ਤਾਂ ਨੀ ਆਇਆ ਕਹਿੰਦਾ ਨਹੀਂ ਬਾਈ ਮੈਂ ਆਖਿਆ ਤੂੰ ਮੈਨੂੰ ਫੜਾ ਮੈਂ ਪੁੱਛਦੀ ਹਾਂ ਤੇ ਪਿਓ ਨੂੰ ਮੈਂ ਕਹਿੰਦੀ ਵੀ ਗਿਆਨੀ ਤੂੰ ਮਾਣੂ ਕੀ ਆ ਕੇ ਦੇਖ ਉਹਨੂੰ ਨਾਲ ਲਿਆਈ ਵੀ ਐਂ ਕਰਕੇ ਅੱਜ ਤੇਰੇ ਬਾਈ ਨੇ ਇਹਨੂੰ ਕੁੱਟਿਆ ਹੈ ਬੰਦੇ ਦਾ ਕੀ ਪਤਾ ਹੁੰਦਾ ਜਵਾਕ ਦਾ ਵੀ ਕਿੱਧਰ ਨੂੰ ਹੋ ਜਾਣਾ ਤੇ ਡਰ ਵੀ ਬਹੁਤ ਸੀ ਅੱਛਾ ਆਪ ਘਰੋਂ ਨਿਕਲਣਾ ਤੇ ਉਹਨੂੰ ਫੋਨ ਫਿਰ ਉਹਨੂੰ ਲਾ ਤਾ ਲਾ ਕੇ ਤੇ ਫਿਰ ਉਹ ਆਇਆ ਇਹਦਾ ਮਾਮਾ ਸਕੂਲ ਉੱਥੇ ਬਾਹਰ ਖੜ ਗਿਆ ਗੇਟ ਤੇ ਉਰੇ ਅੱਡੇ ਚ ਬਈ ਹੁਣ ਬੱਚੇ ਆਉਂਦੇ ਆ ਵੀ ਵੇਖਦਾ ਅੱਛਾ ਉਹ ਜਦੋਂ ਇਹ ਹਜੇ ਆਇਆ ਨਾ ਉਹਨੇ ਫਿਰ ਫੋਨ ਲਾਇਆ ਕਹਿੰਦਾ ਬਾਈ ਉਹ ਤਾਂ ਬਈ ਆਇਆ ਹੀ ਨੀ ਹਜੇ ਮੈਂ ਇਹਨੂੰ ਫਿਰ ਮੈਂ ਇਹਦੇ ਪਿਓ ਨਾਲ ਲੜਾਂ ਮੈਂ ਕਿਹਾ ਵੀ ਤੂੰ ਜਾ ਵੀ ਤੂੰ ਜਾ ਬਈ ਨਹੀਂ ਮਹਾਂ ਮੈਂ ਜਾਂਦੀ ਹਾਂ ਮਹਾਂ ਤੋ ਮੈਂ ਤਾਂ ਤੁਰ ਕੇ ਵੀ ਜਾ ਉੜੂੰਗੀ ਮੈਨੂੰ ਕੋਈ ਡਰ ਨਹੀਂ ਮਹਾਂ ਚੱਲ ਕਰਦੀ ਕਰਦੇ ਤੇ ਬਾਹਰ ਆ ਗਿਆ ਫਿਰ ਇਹਦਾ ਮਾਮਾ ਇਹਨੂੰ ਨਾਲ ਲਿਆ ਜਦੋਂ ਨਾਲ ਲਿਆ ਫਿਰ ਇਹ ਮੈਨੂੰ ਚਿੰਬੜ ਕੇ ਰੋਇਆ ਤਾਂ ਫਿਰ ਮੈਥੋਂ ਵੀ ਸੱਚੀ ਗੱਲ ਰੋਇਆ ਨਾ ਮੈਨੂੰ ਰੋਇਆ ਨਾ ਆਪ ਰੋਇਆ ਨਾਲੇ ਫਿਰ ਮੈਂ ਹੁਣ ਚੰਗਾ ਦੇ ਪਿਓ ਤੇ ਗਲਤੀ ਮੰਨ ਮੰਨੀ ਫਿਰ ਮੰਨੀ ਤੇ ਫਿਰ ਕਹਿੰਦਾ ਡੈਡੀ ਫਿਲਮ ਦੇਖਣ ਨੀ ਗਏ
ਠੀਕ ਹੈ ਉਦੋਂ ਆ ਵੰਕ ਵੀ ਨਹੀਂ ਮਾਰਿਆ ਹੋਇਆ ਪੜ੍ਹਾਈ ਸੁਧਰ ਗਈ ਹਾਂ ਪੜ੍ਹਾਈ ਸੁਧਰ ਗਈ ਨੰਬਰ ਵੀ ਵਧਿਆ ਆ ਗਏ ਨੰਬਰ ਪਹਿਲ ਫਸਟ ਆਉਂਦਾ ਰਿਹਾ 12ਵੀਂ ਤੱਕ ਜਿਉਂ ਪਹਿਲੀ ਤੋਂ ਲਾਇਆ ਠੀਕ ਹੈ ਜੀ ਦੂਜੇ ਨੰਬਰ ਤੇ ਇੱਕ ਵਾਰੀ ਆਇਆ ਨਹੀਂ ਫਸਟ ਆਉਂਦਾ ਰਿਹਾ 12ਵੀਂ ਤੱਕ ਵੀ ਫਸਟ ਆਇਆ ਫੇਰ ਹੁਣ ਜੇ ਬੱਚੇ ਨੂੰ ਇਵੇਂ ਆਪਾਂ ਨਜਾਇਜ਼ ਕਰੀ ਜਾਵਾਂਗੇ ਫਿਰ ਆਪਣੀ ਗਲਤੀ ਆ ਮਾਪੇ ਦੀ ਗਲਤੀ ਆ ਸਹੀ ਗੱਲ ਆ ਹਨਾ गीत भी फिर बाजा लिया था जो इन्हे दो ढाई बजे उठ के लभना स्कूल तो पहला ਮੈਂ ਕਹਿਣਾ ਲੋਕਾਂ ਨੂੰ ਸੌਂ ਜਾਣ ਦੇ ਲੋਕ ਦਿਲੇ ਸੌਣ ਨਹੀਂ ਦਿੰਦਾ ਜੀ ਹਾਂ ਬਈ ਬਾਜੇ ਤੇ ਲੱਗਾ ਰਹਿਣਾ ਹੈ ਸਕੂਲੋਂ ਆਉਣਾ ਝੋਲਾ ਸਿੱਟਣਾ ਰੋਟੀ ਵਰਤੀ ਖਾਰੀ ਖਾਰੀ ਨਹੀਂ ਇਹਨੇ ਬਾਜੇ ਤੇ ਲੱਗਾ ਰਹਿਣਾ ਚਾਹ ਨੂੰ ਲੱਗਾ ਰਹਿਣਾ ਠੀਕ ਹੈ ਫਿਰ ਬਾਜਾ ਵੀ ਲੈਤਾ ਸੀ ਇਹਨੂੰ ਯਾਨੀ ਮਿਹਨਤ ਤਾਂ ਬਹੁਤ ਕੀਤੀ ਆ ਪਰ ਉਹਦਾ ਮੁੱਲ ਪਿਆ ਨਹੀਂ ਮੁੱਲ ਨਹੀਂ ਪਿਆ ਚਲੋ ਹਜੇ ਵੀ ਜਾਰੀ ਆ ਆਪਾਂ ਹੌਸਲਾ ਨਹੀਂ ਛੱਡਿਆ ਬਿਲਕੁਲ ਕੋਈ ਚੱਕਰ ਨਹੀਂ ਇਹ ਹੌਲੀ ਹੌਲੀ ਆ ਜਾਊਗਾ ਟਾਈਮ ਕੋਸ਼ਿਸ਼ ਹੈ ਤੇ ਫਿਰ ਗਾਣੇ ਗੁਣਿਆ ਤੇ ਕਿੰਨੇ ਕੁ ਪੈਸੇ ਖਰਾਬ ਕਰਤੇ ਦਿੱਤੇ ਗਾਣੇ ਦੇ ਤਾਂ ਬਹੁਤ ਅੰਤ ਹੀ ਨੀ ਮੈਂ ਦੱਸ ਹੀ ਨੀ ਸਕਦੀ ਤੇ ਮੈਂ ਤੇ ਡਵੰਨ ਕੇ ਮੈਂ ਲਾਏ ਤੇ ਪਰ ਮੈਨੂੰ ਹੁਣ ਦੁੱਖ ਹੁੰਦਾ ਮੁੱਲ ਨੀ ਪਿਆ ਨਾ ਮੁੱਲ ਨੀ ਪਿਆ ਦੁੱਖ ਹੁੰਦਾ ਮੈਨੂੰ ਹੁਣ ਤੁਸੀਂ ਆਪ ਸਿਆਣੇ ਆ ਵੀ ਦੁੱਖ ਮਾਪਿਆਂ ਨੂੰ ਆਉਂਦਾ ਕਿ ਨਹੀਂ ਆਉਂਦਾ ਜੇ ਇੱਕ ਪੁੱਤ ਗਲਤੀ ਕਰ ਲਏ ਤੇ ਮਾਪਾ ਕਿੰਨਾ ਤੜਪਦਾ ਸਹੀ ਗੱਲ ਹੈ ਜੀ ਮੈਨੂੰ ਬਹੁਤ ਜ਼ਿਆਦਾ ਦੁੱਖ ਹੁੰਦਾ ਵੀ ਇੰਨਾ ਪੈਸਾ ਲਾ ਕੇ ਕੋਈ ਅਰਥ ਨਾ ਆਇਆ ਪੰਜਵੀਂ ਛੇਵੀਂ ਦਾ ਇਹ ਲੱਗਾ ਪਿਆ ਸੀ ਕਰਨ ਫੇਰ ਬਾ ਮੁੱਲ ਪਿਆ ਇਹਦਾ ਤੇ ਜੇ ਇਹਨੇ ਹੱਸਣਾ ਸਾਰਿਆਂ ਨੇ ਸਿੱਧੇ ਜੇ ਗਾਣੇ ਲਾ ਕੇ ਲੋਕ ਰਾਤੋ ਰਾਤ ਸਟਾਰ ਹੋ ਜਾਂਦੇ ਆ ਮਜ਼ਾ ਹੋ ਜਾਂਦੇ ਆ ਤੁਹਾਡੇ ਸਾਹਮਣੇ ਦੇਖਦੇ ਨਹੀਂਗੇ ਸਹੀ ਗੱਲ ਪੈਂਦਾ ਇਹ ਇਹਨੇ ਕਹਿਣਾ ਚੱਲ ਸਾਰਿਆਂ ਨੇ ਹੱਸਣਾ ਇਹਨਾਂ ਨੇ ਕਹਿਣਾ ਇੱਕ ਪਾਸੇ ਤਾਂ ਹੋਊਗਾ ਜੇ ਪੜ੍ਹਾਈ ਨਾ ਕਰੋ ਗਾਣਿਆਂ 'ਚ ਹੀ ਹੋਊਗਾ ਕਿਸੇ ਪਾਸੇ ਤਾਂ ਨਿਕਲੂਗਾ ਹਾਂ ਵੀ ਕੁਛ ਤਾਂ ਕਰੇ ਮੈਂ ਕਹਿਣਾ ਕਿਸੇ ਪਾਸੇ ਜਦੋਂ ਕਰਮ ਸਾਥ ਨਾ ਦੇਣ ਨਾ ਉਦੋਂ ਕੁਛ ਨਹੀਂ ਬਣ ਜਦੋਂ ਕਰਮ ਸਾਥ ਦੇ ਦੇਣ ਉਦੋਂ ਸੋਨੇ ਤੋਂ ਪਰ ਮੈਂ ਗਰੀਬੀ ਪਾਲਿਆ ਨੀ ਮੈਂ ਭਾਵਾਂ ਢਿੱਡ ਭੁੱਖੀ ਤੇ ਮੈਂ ਇਹਨੂੰ ਨੀ ਫਟਕਾਰਿਆ ਸੀ ਇਹਦਾ ਤੇ ਪਰ ਮੈਂ ਇਹਨੂੰ ਉਹਨੇ ਕਹਿਣਾ ਇਹਨੂੰ ਤੂੰ ਧਰ ਨੂੰ ਚਮਲਾਉਂਦੀ ਆ ਇਹਨੂੰ ਤੂੰ ਚਮਲਾਉਂਦੀ ਆ ਇਹਨੂੰ ਕੰਮ ਨੀ ਕਰਨ ਲਾਉਂਦੀ ਫਲਾਨਾ ਨੀ ਮੈਂ ਕਹਿਣਾ ਮੇਥੋਂ ਨੀ ਬਈ ਕਿਹਾ ਜਾਂਦਾ ਤੁਸੀਂ ਕਹਿ ਲਓ ਜਿਹੜਾ ਮੈਂ ਮਰਜ਼ੀ ਮੈਂ ਨੀ ਕਰ ਸਕਦਾ ਠੀਕ ਹੈ ਇੰਦਰ ਭਾਈ ਗੱਲਾਂ ਕਰਾਂਗੇ ਪਹਿਲਾਂ ਮੈਂ ਨਾ ਕੋਈ ਗਾਣਾ ਸੁਣਾ ਦੇ ਤੁਹਾਡਾ ਇੱਕ ਗਾਣਾ ਫਿਲਮ 'ਚ ਆਇਆ ਸੀਗਾ ਹਾਂ ਬਈ ਗਾਂਧੀ ਫੇਰ ਆ ਗਿਆ ਹਾਂ ਉਹ ਗਾਣਾ ਜ਼ਰੂਰ ਸੁਣਾ ਦੇ ਚਾਰ ਪੰਜ ਬੇਲੀ ਨਾਲ ਪੱਕੇ ਹੁੰਦੇ ਆ ਕਹਿਣ ਦੀ ਨੀ ਗੱਲ ਬਸ ਧੱਕੇ ਹੁੰਦੇ ਆ ਚਾਰ ਪੰਜ ਬੇਲੀ ਨਾਲ ਪੱਕੇ ਹੁੰਦੇ ਆ ਕਹਿਣ ਦੀ ਨੀ ਗੱਲ ਬਸ ਧੱਕੇ ਹੁੰਦੇ ਆ ਬੇਗੀਆਂ ਤੇ ਚੜਦੇ ਨੀ ਸੀਪ ਮਿੱਠਿਆ ਜਿਗਰਿਆ ਬੇਲੀਆਂ ਨਾ ਖਹਿਣ ਵਾਸਤੇ ਹੋ ਪਰਦੇ ਕਾਨੂੰਨ ਕਾਕਾ ਟੁੱਟਣ ਲਈ ਪਰਚੇ ਵੀ ਹੁੰਦੇ ਪੁੱਤਾਂ ਪਹਿਣ ਵਾਸਤੇ ਕਰਦੇ ਜੋ ਹੇਠ ਯਾਦ ਨਹੀਂ ਹੋ ਜੁੱਤੀ ਦੇ ਜੰਮਿਆ ਸਵਾਦ ਜੱਟ ਲੈਣ ਵਾਸਤੇ ਕਿਆ ਬਾਤ ਹੈ ਕਿਆ ਬਾਤ ਹੈ ਬਈ ਪੰਜਵੀਂ ਤੋਂ ਮਾਤਾ ਦੀ ਤੁਸੀਂ ਗਾ ਰਹੇ ਹੋ ਹਨਾ ਕੀ ਲੱਗਦਾ ਫਿਰ ਕਮੀ ਕਿੱਥੇ ਰਹੇਗੀ ਜਾਂ ਲੋਕਾਂ ਨੂੰ ਕੋਈ ਟੇਸਟ ਨਹੀਂ ਦੇ ਸਕੇ ਕਾ ਤਾਂ ਨਹੀਂ ਹੋਇਆ ਮੈਂ ਤਾਂ ਕਿ ਇਹੀ ਤਾਂ ਇਹ ਕਹਿੰਨੇ ਆ ਵੀ ਇੰਨਾ ਪੰਜਵੀਂ ਤੇ ਲੱਗ ਗਿਆ ਸੀ ਤੇ ਬਾਜਾ ਵੀ ਉਹਦੀ ਇਹਨੂੰ ਲੈਤਾ ਸੀ ਉਹ ਵੀ ਇਹਦਾ ਮੂੰਹ ਫਟਕਾ ਰਿਹਾ ਸੀ ਉਹਦੀ ਬਾਜਾ ਵੀ ਇਹਨੂੰ ਲੈ ਘਰ ਵਾਲੀ ਸਿੰਗਰ ਭਾਵ ਦਿਓ ਕਿਉਂ ਬਾਈ ਕੀ ਲੱਗਦਾ ਵਾ ਨਹੀਂ ਸਿੰਗਰ ਨੀ ਭਾਵਦਾ ਫਿਰ ਉਹ ਇਹਦੇ ਤੇ ਪੈਸੇ ਲਾਏ ਹੁੰਦੇ ਵੀ ਲਾਉਣੇ ਪੈਣਗੇ ਬਾਤ ਤੇ ਇੱਕ ਪਾਸੇ ਦੋਹਦੇ ਤਾਂ ਹਜੇ ਇੱਕ ਪਾਸੇ ਵਾਲੇ ਹੀ ਆ ਹਨਾ ਤੇ ਦੋ ਪਾਸੇ ਇੰਨੇ ਕਿੱਥੋਂ ਝੜ ਲੂੰਗੀ ਇਹ ਵੀ ਗੱਲ ਸਹੀ ਹੈ ਨਹੀਂ ਉਦੋਂ ਤਾਂ ਬਾਈ ਨੇ ਬਹੁਤ ਸਟਾਰ ਬਣ ਜਾਣਾ ਹਨਾ ਜੀ ਮੁੜ ਕੇ ਸਾਨੂੰ ਟਾਈਮ ਦੇ ਦੇ ਕਿ ਫਿਰ ਕਹੋ ਜੀ ਹਜੇ ਟਾਈਮ ਹੈ ਨਹੀਂ 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 ਗੱਲ ਹੀ ਤੁਹਾਡੇ ਚੈਨਲ ਦਾ ਆਪਣਾ ਭਾਈਆਂ ਵਾਲਾ ਪਿਆਰ ਹੈ ਬਿਲਕੁਲ ਬਿਲਕੁਲ ਤੇ ਬਈ ਇਸ ਸਿੰਗਿੰਗ ਵੱਲ ਤੁਹਾਨੂੰ ਜਾਨੀ ਕਿ ਇੰਨਾ ਸਮਾਂ ਹੋ ਗਿਆ ਤੇ ਕਿੰਨੇ ਕੁ ਪ੍ਰੋਜੈਕਟ ਤੁਸੀਂ ਲਿਆਏ ਹੋ ਲੋਕਾਂ ਸਾਹਮਣੇ ਮੈਂ ਬਈ 6 ਪ੍ਰੋਜੈਕਟ ਲੈ ਕੇ ਆ ਗਿਆ ਸੀ ਲੈ ਕੇ ਆਇਆ ਜਾਨੀ ਲੋਕਾਂ ਸਾਹਮਣੇ ਪਿਆਰ ਵੀ ਮਿਲਿਆ ਚਲੋ ਉਹਨਾਂ ਦਾ ਪਰ ਜਿਹੜੇ ਹਿਸਾਬ ਨਾਲ ਆਪਾਂ ਨੂੰ ਚਾਹੀਦਾ ਸੀ ਉਹ ਹਿਸਾਬ ਨਾਲ ਨਹੀਂ ਰਿਸਪੌਂਸ ਨਹੀਂ ਮਿਲਿਆ ਤੇ ਜਿਵੇਂ ਆਪਾਂ ਨੂੰ ਕਹਿ ਦਿੰਦੇ ਹੁੰਦੇ ਆ ਵੀ
ਰਾਤ ਨੂੰ ਯਾਰ ਹੋਰ ਹੁੰਦੇ ਆ ਪੈਗ ਲੱਗਿਆ ਚ ਦਿਨੇ ਫਿਰ ਯਾਰਾਂ ਨੂੰ ਪਤਾ ਨੀ ਲੱਗਦਾ ਵੀ ਕੌਣ ਆ ਕੌਣ ਨਹੀਂ ਸੋਫੀ ਲਾ ਕੇ ਸੋਫੀ ਲੱਖ ਦਾ ਸ਼ਰਾਬ ਪੀ ਕੇ ਕੱਖ ਦਾ ਜੀ ਫਿਰ ਉਹ ਤਾਂ ਕੱਖ ਦਾ ਹੀ ਆ ਜਾਣੀ ਲਾਰੇ ਲਾਰੇ ਤੇ ਧੋਖੇ ਆਮ ਜੀ ਗੱਲ ਰਹੀ ਆ ਮੇਰੇ ਨਾਲ ਪ੍ਰੋਡਿਊਸਰ ਜਾਂ ਕੋਈ ਆਪਾਂ ਹੋਰ ਕਹਿ ਲਈਏ ਸਾਰੇ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਚਲੋ ਅੱਜ ਨੀ ਕੱਲ ਨੂੰ ਕੋਈ ਤਾਂ ਸਾਥ ਦਊਗਾ ਬਿਲਕੁਲ ਬਈ ਇਹ ਕੰਮ ਅਜਿਹੋ ਜਿਹਾ ਕਿ ਘਰ ਫੂਕ ਕੇ ਤਮਾਸ਼ਾ ਦੇਖਣ ਵਾਲੀ ਗੱਲ ਹੈ ਘਰ ਲਾਈ ਚਲੋ ਤਕਰੀਬਨ ਘਰ ਫੂਕ ਹੀ ਬੈਠੇ ਆ ਬਈ ਜੀ ਬਿਲਕੁਲ ਜੇ ਹੁਣ ਅਗਲਾ ਕਹੂਗਾ ਡੈਡੀ ਨੂੰ ਕਹੂ ਡੈਡੀ ਇਹ ਤਾਂ ਮੈਨੂੰ ਕਹਿ ਦੂਗਾ ਵੀ ਤੇਰੇ ਚ ਮਿਲਾਇਆ ਵਾ ਤੂੰ ਹੀ ਖਰਚਾ ਕਰਦੇ ਤੂੰ ਹੀ ਮੈਨੂੰ ਕਹਿ ਦੇ ਨੀ ਦੇ ਜੇ ਫਿਰ ਬਾਪੂ ਗੁੱਸੇ ਹੋ ਕੇ ਘਰੋਂ ਬਾਹਰ ਜਾ ਵੜਦਾ ਮੈਂ ਵਿਹਲਾ ਕਹਿੰਦਾ ਨਾ ਭਾਵੇਂ ਦੁੱਧ ਧੋਤੇ ਨੀ ਕੇ ਬੰਦੇ ਜੇ ਲਫੈਂਡਿਆ ਕੁੜੀ ਪਿੱਛੇ ਲੜਦੇ ਨੀ ਯਾਰੀ ਲਈ ਸਟੈਂਡਿਆ ਉਹ ਰੰਨਾ ਗੋਰੀਆਂ ਦੀ ਗੱਲਾਂ ਚ ਤਾਂ ਕਦੇ ਨੀ ਆਉਂਦੇ ਯਾਰਾਂ ਦਾ ਕਿਹਾ ਤਾਂ ਕਦੇ ਵੀ ਨੀ ਮੋੜੀਦਾ ਉਹ ਵੈਰ ਪਾ ਲਵੇ ਉਹ ਜਾਂ ਕੋਈ ਪਿਆਰ ਪਾ ਲਵੇ ਰੱਬ ਦੀ ਸੋਇਆ ਆਪਾਂ ਦੁੱਗਣਾ ਹੀ ਮੋੜੀਦਾ ਹਾਂ ਵੈਰ ਪਾ ਲਵੇ ਉਹ ਜਾਂ ਕੋਈ ਪਿਆਰ ਪਾ ਲਵੇ ਰੱਬ ਦੀ ਸੋਇਆ ਆਪਾਂ ਦੁੱਗਣਾ ਹੀ ਮੋੜੀਦਾ ਮੋੜਨ ਦੀ ਲੋੜ ਵੀ ਪਈ ਕਦੇ ਕੀ ਲੱਗਦਾ ਕਦੇ ਕਈ ਹੋਏ ਆ ਇਹੋ ਜਿਹੀ ਗੱਲ ਵੀ ਵੈਰ ਮੋੜਿਆ ਹੋਵੇ ਹੈ ਸਹੀ ਸਕਾਲਾ ਹੀ ਹੁੰਦਾ ਪਟਕਾ ਪੁੱਟਣ ਵਾਲਾ ਹੀ ਕਈ ਯਾਰੀ ਹੁਣ ਕੀ ਗੱਲ ਕਰੀਏ ਨਹੀਂ ਖੁੱਲਣੇ ਭੇਜ ਦਾ ਹਨਾ ਇਹੀ ਲੱਗਦਾ ਨਾ ਮਤਲਬ ਭੇਜ ਦਾ ਖੁੱਲਣਾ ਨਹੀਂ ਚਾਹੁੰਦਾ ਜੇ ਬੰਦਾ ਡਰਦਾ ਪਤਾ ਵੀ ਹੁਣ ਇੰਟਰਵਿਊ ਚੱਲਦੀ ਚ ਪੁੱਟੂ ਬਥੇਰੀ ਪੁੱਟ ਪੈਂਦੀ ਸੀ ਇਹਦੇ ਤੇ ਅੱਛਾ ਜੀ ਪੁੱਟ ਪੈਂਦੀ ਸੀ ਬਿਲਕੁਲ ਮਾਂ ਅਕਸਰ ਕੀ ਹੁੰਦਾ ਕਿ ਕਈ ਪਰਿਵਾਰਾਂ ਚ ਅਜਿਹਾ ਦੇਖਿਆ ਕਿ ਸੁੱਖਾਂ ਸੁੱਖ ਸੁੱਖ ਕੇ ਪੁਤਲੇ ਹੁੰਦੇ ਆ ਹਨਾ ਤੇ ਜਦੋਂ ਉਹਦੀ ਵਾਰੀ ਆਉਂਦੀ ਆ ਹੱਥ ਫੜਨ ਦੀ ਤੇ ਉਹ ਹੱਥ ਛੱਡ ਕੇ ਪਾਸੇ ਹੋ ਜਾਂਦੇ ਆ ਹੁੰਦੇ ਹੁੰਦੇ ਹੁਣ ਮਾਪਿਆਂ ਨੂੰ ਖੇਡਿਆ ਨਾ ਰੋਡ ਦੇ ਕੋਈ ਪੁੱਛਦਾ ਮਾਪਿਆਂ ਨੂੰ ਇਹੋ ਜਿਹਾ ਸਮਾਂ ਹੀ ਇਹ ਜਾ ਗਿਆ ਬਿਲਕੁਲ ਮੈਂ ਮੇਰੇ ਤਾਂ ਪੁੱਤ ਹੀ ਆ ਧੀ ਨੀ ਮੇਰੇ ਤਾਂ ਪੁੱਤ ਹੀ ਆ ਮੈਂ ਤਾਂ ਇਹਨਾਂ ਵੱਲੋਂ ਬਾਹਲੀ ਜਿੱਦਣ ਦਾ ਇਹ ਹੋ ਗਿਆ ਉਹ ਹੋ ਗਈਆਂ ਆਪਦੇ ਘਰੀ ਗਈਆਂ ਆਪਾਂ ਪੂਰੇ ਸੌਖੇ ਭੈਣ ਭਰਾ ਸਾਰੇ ਇੱਕੋ ਜਿਹੇ ਨੀ ਹੁੰਦੇ ਤੇ ਚਲੋ ਗੱਲਾਂ ਕੁਛ ਹੋ ਜਾਂਦੀਆਂ ਹਨਾ ਬਿਲਕੁਲ ਪਰ ਫੇਰ ਵੀ ਆਪਣੇ ਨਾਲ ਅੱਜ ਤੱਕ ਜਾਣੀ ਕਿ ਮੋਢੇ ਨਾਲ ਮੋਢਾ ਜੋੜ ਕੇ ਖੜੀਆਂ ਭੈਣਾਂ ਤਾਂ ਮੈਂ ਕਹਿੰਦੇ ਨੀ ਮੈਂ ਤਾਂ ਮੇਰੇ ਤਾਂ ਭਾਈ ਹੋਈ ਆ ਕਿਉਂਕਿ ਭਾਈਆਂ ਨਾਲੋਂ ਵੀ ਵੱਧ ਕਰਦੇ ਆ ਕਿਤੇ ਮਾਂ ਪਿਓ ਹੀ ਸਮਝ ਲਈਏ ਆਪਾਂ ਮਾਂ ਪਿਓ ਤੋਂ ਬਾਅਦ ਆਪਣੇ ਮਾਂ ਪਿਓ ਆਪਣੇ ਭੈਣ ਹੀ ਆ ਵੱਡੇ ਭੈਣ ਭਰਾ ਹੀ ਹੁੰਦੇ ਆ ਸਹੀ ਗੱਲ ਹੁਣ ਮਾਪਾ ਕਿਹੜਾ ਸਦੋ ਬੈਠਾ ਰਹਿੰਦਾ ਜੀ ਜੇ ਹੁਣ ਆਪਾਂ ਕਹੀਏ ਮਾਪਾ ਸਦੋ ਬੈਠਾ ਰਹੇ ਸਦੋ ਬੈਠਾ ਨੀ ਰਹਿੰਦਾ ਮਾਪਾ ਬਿਲਕੁਲ ਭੈਣ ਭਰਾਵਾਂ ਨੇ ਕੰਮ ਆਉਣਾ ਉਹੀ ਮਾਵਾਂ ਉਹੀ ਪਿਓ ਬਿਲਕੁਲ ਪੈਸੇ ਪਿੱਛੇ ਰਿਸ਼ਤੇਦਾਰੀਆਂ ਟੁੱਟ ਜਾਂਦੀਆਂ ਮੈਂ ਟੁੱਟਦੀਆਂ ਵੀ ਦੇਖੀਆਂ ਪੈਸੇ ਪਿੱਛੇ ਰਿਸ਼ਤੇਦਾਰੀਆਂ ਬਿਲਕੁਲ ਕਿਉਂਕਿ ਪੈਸਾ ਚੀਜ਼ ਹੀ ਇਹੋ ਜਿਹੀ ਆ ਬੰਦਾ ਲੈਣ ਵੇਲੇ ਕੁਝ ਹੋਰ ਹੁੰਦਾ ਜਦੋਂ ਦੇਣੇ ਆ ਉਦੋਂ ਗੱਲ ਹੋਰ ਹੁੰਦੀ ਆ ਬਿਲਕੁਲ ਕਿਉਂਕਿ ਪੈਸਾ ਹੀ ਮੈਂ ਅੱਜ ਦੇ ਦੌਰ ਚ ਟਾਈਮ ਚ ਸਮਝਦਾ ਵੀ
ਸਾਰਾ ਪੀਰ ਬਣਾ ਦਿੱਤਾ, ਪੀਰ ਬਣਾਤਾ, ਕੋਈ ਰਿਸ਼ਤੇਦਾਰ ਹੈ ਹੀ ਨਹੀਂ ਜਿਹਦੇ ਕੋਲੇ ਪੈਸੇ ਆ ਚਾਰ, ਉਹਦੇ ਸਾਰੇ ਰਿਸ਼ਤੇਦਾਰ ਵੀ ਆ ਬਾਈ, ਬਿਲਕੁਲ ਉਹਦੇ ਕੋਲੇ ਸਾਰੇ ਜਾ ਕੇ ਵੀ ਖੜਦੇ ਆ। ਜਦੋਂ ਵੱਡੀ ਗੱਲ ਤਾਂ ਇਹ ਆ ਵੀ ਜਿੰਨਾ ਟਾਈਮ ਤੁਹਾਨੂੰ ਚਾਰ ਬੰਦੇ ਜਾਣਦੇ ਨੇ ਓਨਾ ਟਾਈਮ ਤੁਹਾਡੇ ਘਰੇ ਕੋਈ ਨੀ ਆ ਕੇ ਖੜਦਾ, ਨਾ ਤਾਂ ਯਾਰੀ ਆ, ਨਾ ਕੋਈ ਯਾਰ ਆ, ਨਾ ਕੋਈ ਤੁਹਾਡਾ ਰਿਸ਼ਤੇਦਾਰ ਆ। ਜਿਹਦੇ ਕੋਲੇ ਪੈਸਾ ਉਹਦਾ ਤੁਰਿਆ ਜਾਂਦਾ ਵੀ ਯਾਰ, ਅਗਲਾ ਕਹਿੰਦਾ ਚੱਲ ਠੀਕ ਪਤਾ ਆਪਾਂ ਨੂੰ ਕੱਲ ਲੋੜ ਪੈ ਜੇ, ਪੈਸੇ ਹੈਗੇ ਬੰਦੇ, ਬਿਨਾਂ ਪੈਸੇ ਤਾਂ ਅਗਲਾ ਕਹਿੰਦੇ ਇਹਨੇ ਕਿਹੜਾ ਕੰਮ ਆਉਣਾ। ਪਰ ਜਾਣੀ ਕਿ ਜਿਹੜੇ ਦੌਰ ਚੋਂ ਮੈਨੂੰ ਨੀ ਇਹਨਾਂ ਨੇ, ਮੈਂ ਤਾਂ ਵਧੀਆ ਪੜ੍ਹਿਆ ਲਿਖਿਆ ਸਾਰਾ ਕੁਝ ਮੇਰੀ ਤਾਂ, ਪਰ ਜਿਹੜਾ ਦੌਰ ਮਾਤਾ ਉਹਨਾਂ ਨੇ ਦੇਖਿਆ, ਬਾਪੂ ਉਹਨਾਂ ਨੇ ਦੇਖਿਆ, ਉਹ ਨੀ ਜਾਣੀ ਕਿ ਭੁੱਲ ਸਕਦੇ। ਬਿਲਕੁਲ। ਤੇ ਬਾਕੀ ਮੈਂ ਤਾਂ ਉਦੋਂ ਹੋਇਆ ਵੀ ਨੀ ਸੀਗਾ ਇਹ ਜਿਹੜੇ ਦੌਰ ਦੇ ਵਿੱਚ ਦੀ ਲੰਘ। ਬਿਲਕੁਲ। ਹਾਂ, ਜਿਵੇਂ ਬਾਈ ਨੇ ਪਿਛਲੀ ਵੀਡੀਓ ਚ ਦੱਸਿਆ ਸੀਗਾ ਕਿ ਸਰੀਕੇ ਵਾਲੇ ਕਹਿੰਦੇ ਹੁੰਦੇ ਸੀ ਕਿ ਤੁਸੀਂ ਜਿੰਨਾ ਚਿਰ ਪੈਲੀ ਵਾਹੁਣੀਆਂ ਵਾਹਲੋ, ਮੁੜ ਕੇ ਗੱਲ ਸੀਗੀ ਬਾਈ, ਮੈਂ ਜਾਣੀ ਕਿ ਸੁਣਦਾ ਹੀ ਹੁੰਦਾ ਸੀਗਾ ਮੰਮੀ ਹੋਣਾ ਦੀ ਜਾਂ ਡੈਡੀ ਤੋਂ ਸੁਣਨਾ ਵੀ ਤਾਨੇ ਮੇਨੇ ਬਹੁਤ ਮਾਰਦੇ ਸੀਗੇ ਵੀ ਇਹਨਾਂ ਦੀ ਤਾਂ ਕੁੜੀਆਂ ਹੀ ਆ, ਮੁੰਡਾ ਨੀ ਹੈਗਾ, ਇਹਨਾਂ ਦੀ ਤਾਂ ਜਿਹੜੀ ਪੈਲੀ ਆ ਉਹ ਅਸੀਂ ਆਪਾਂ ਵਾਹ ਲਾਂਗੇ ਜਿੰਨਾ ਟਾਈਮ ਹੈਗੇ ਆ ਹੈਗੇ ਆ। ਮੰਮੀ ਨੇ ਸੁਣਨ ਦੀਆਂ ਗੱਲਾਂ ਜਾਣੀ ਕਿ ਫਿਰ ਦੁੱਖ ਲੱਗਦਾ ਹਨਾ, ਬਿਲਕੁਲ ਲੱਗਦਾ, ਜਿਹੜਾ ਹਿਰਦਾ ਬਲੂੰਦਰਿਆ ਜਾਂਦਾ ਬੰਦੇ ਦਾ ਵੀ ਸਾਰਾ ਕੁਛ ਹੁੰਦੇ ਹੋਏ। ਫਿਰ ਮੰਮੀ ਹੁਣੀ ਵੀ ਖਬਰਾਂ ਕਹਿੰਦੀ ਕਹਿੰਦੀ ਹੋਊਗੀ ਵੀ ਹਾਏ ਰੱਬਾ ਤੇਰੀਆਂ ਅੱਖਾਂ ਚ ਹੁਣ ਵੀ ਬਈ ਪਾਣੀ ਆ ਗਿਆ, ਕਹਿੰਦੀ ਹੋਊਗੀ ਵੀ ਚੱਲ ਇੱਕ ਰੱਬਾ ਦੇ ਹੀ ਦਿੰਦਾ। ਮਾਂ ਹੌਸਲਾ ਰੱਖ, ਇੰਦਰ ਤੇਰੇ ਇੰਨੇ ਪੁੱਤ ਬੈਠੇ ਆ ਕੋਲੇ, ਮੈਂ ਸਮਝ ਸਕਦਾ ਗਾ ਹੁੰਦਾ ਗਾ ਜਦੋਂ ਏਦਾਂ ਦੀਆਂ ਗੱਲਾਂ ਸੁਣਨੀਆਂ ਪੈ ਜਾਣ। ਨਹੀਂ ਨਹੀਂ ਮਾਂ, ਇਹਦੇ ਦੋ ਚਾਰ ਛਿੱਤਰ ਲਾ ਕੋ ਨੀ, ਵਿਆਹ ਵਿਹੂ ਦੀ ਗੱਲ ਦੱਸ ਕੋਈ, ਇਹਦੀ ਤਿਆਰੀ ਕੀ ਕਰਨੀ ਆ, ਫਿਰ ਅਸੀਂ ਫਿਰ ਵਿਆਹ ਵੇਲੇ ਇੰਟਰਵਿਊ ਕਰ ਲਵਾਂਗੇ। ਹੈ ਮਰਜ਼ੀ ਨਾਲ ਇਹਨਾਂ ਨੇ ਏਡੇ ਯੋਗਾ ਕਰਤਾ, ਸਿਆਣੀ ਗੱਲ ਕੀਤੀ ਆ, ਕਰਾ ਕੇ ਵੇਖ ਲਾ ਮਰਜ਼ੀ ਨਾਲ, ਫਿਰ ਉਹ ਡਾਂਗ ਵੇਖ ਲਾ ਉਹਦੇ ਚ ਪਈ ਆ, ਕਿਉਂ ਵੀ ਬਾਕੀ ਜੇ ਉਹ ਜੀ ਗੱਲ ਵੀ ਹੋਈ ਫਿਰ ਆਪਾਂ ਹਰੇਕ ਨੂੰ ਆਪਦੀ ਇੱਜ਼ਤ ਪਿਆਰੀ ਹੁੰਦੀ ਹੈ। ਬਿਲਕੁਲ। ਹਰੇਕ ਕੋਈ ਨੀ ਆਏ ਕਹਿੰਦਾ ਵੀ ਆਪਾਂ ਭੱਜ ਕੇ ਕਰਾ ਲਈਏ ਜਾਂ ਕਿਵੇਂ ਕਰਾ ਲਈਏ, ਕਿਉਂਕਿ ਆਪਾਂ ਆਪ ਮੈਂ ਆਪ ਆਪਦੀਆਂ ਧੀਆਂ ਭੈਣਾਂ ਵਾਲਾ ਵਾ, ਆਪਣੀ ਜਾਣੀ ਕਿ ਇਹੋ ਜਿਹੀ ਸੋਚ ਨੀ। ਜੇ ਕੋਈ ਗੱਲਬਾਤ ਹੁੰਦੀ ਆ ਆਪਾਂ ਸਾਰੀ ਕਰ ਲਈ ਦੀ ਆ, ਦੱਸ ਦੇਈ ਦਾ ਜਿਵੇਂ ਵੀ ਹੁੰਦਾ। ਠੀਕ ਹੈ। ਬਾਕੀ ਇਹਨਾਂ ਦੇ ਆ ਵੀ ਜਿਵੇਂ ਇਹਨਾਂ ਨੂੰ ਵਧੀਆ ਲੱਗੇ। ਮੈਂ ਤਾਂ ਫੇਰ ਤਾਂ ਕਰਾ ਲਈ ਨਾ ਕਰਾ ਲਈ, ਜਦੋਂ ਹੁਣ ਬੰਦੇ ਦਾ ਕੋਈ ਪਤਾ ਪਤਾ ਤਾਂ 5 ਮਿੰਟ ਦਾ ਨੀ ਹੈ। ਚੱਲ ਮੈਂ ਫੇਰ ਚੁੱਪ ਕਰ ਜਾਨੀ, ਚੱਲ ਆ ਵੀ ਸਾਲ ਕੱਢ ਲਿਆ, ਹੁਣ 2 ਸਾਲ ਕੱਢ ਲਏ ਆ, 1 ਸਾਲ ਹੋਰ ਮਿਲ ਜਾਣਾ, ਫੇਰ ਤਾਂ ਮੇਰਾ ਜਵਾਬ ਆ 28 ਵਿੱਚ ਕਹਿੰਦੇ ਵਿਆਹ ਨੀ ਕਰਦੇ ਹੁੰਦੇ, ਨਹੀਂ ਤਾਂ ਕਿਉਂ ਕਰਦੇ ਨੀ ਹੁੰਦੇ, ਤੂੰ ਕਹਾਂ ਜੇਠਾ ਸੀ ਵੀ ਤੇਰਾ ਵਿਆਹ ਨੀ 28 ਵਿੱਚ ਕਰਦੇ ਹੁੰਦੇ, ਕੁੜੀਆਂ ਮੈਂ 20-20 ਸਾਲਾਂ ਦੀਆਂ ਵਿਆਹ ਤਾਂ ਹਾਂ, ਫੇਰ ਨਹੀਂ ਤੇਰਾ ਫਰਜ਼ ਆ ਬਈ, ਤੈਨੂੰ ਬੜਾ ਕਰ ਲਿਆ ਲੈ ਪੋਣੀ ਤਾਂ ਸਿਆਲ ਚ ਮੁੜ ਕੇ ਰਜਾਈ ਚੁੱਟਣਾ ਪੈਂਦਾ ਮਾਤਾ ਨੂੰ, ਵਧੀਆ ਗਰਮ ਗਰਮ ਦੁੱਧ ਆਵੇ ਰਜਾਈ ਚ, ਕਿਉਂ ਮੈਂ ਉਹ ਤਾਂ ਮੈਂ ਦੇ ਦਿੰਦਾ ਹੁੰਦਾ ਹੈ, ਉਹ ਤਾਂ ਯਾਰ ਜਿਹੜਾ ਨੌਂ ਦੇ ਹੱਥ ਦਾ ਉਹੀ ਹੁੰਦਾ ਸਾਡੀ ਆ, ਉਹ ਤਾਂ ਵੱਖਰਾ ਹੀ ਆ। ਹਾਂ ਐ ਕਰਿਆ ਕਰ, ਜਿੰਨੇ ਵਿਆਹ ਨਹੀਂ ਹੁੰਦਾ ਚੂੜੀਆਂ ਤੂੰ ਪਾ ਕੇ ਬਣਾ ਦੇ ਕਰ, ਜਿਹੜੀ ਗੱਲ ਦਾ ਚੂੜੀਆਂ ਪਾ ਲਿਆ ਕਰ, ਕਹਿ ਮਾਤਾ ਆ ਛਡਕਾ ਦੀਆਂ, ਲੱਡੂ ਤੁਸੀਂ ਇਹਨੂੰ ਕਹੋ ਵੀ ਵਿਆਹ ਕਰਾ,
थोड़ा करी ना थोड़े टाइम हुंदा कोई गुरप्रीत भंगो होरी जां ऋषि मैरमा कर दिया कप्पा जा सीन फिर किवें करोगे करोगे बोल के कर दे मत कर दे कर दे मम्मी तेरा मामा यार संधारा लेके तो आया नहीं गा बिस्कुट चाह च डबो डबो जो स्टोरी मेन पाउंदे आ मेरा बहुत जी कर तेरा जी कर दा फिर तू नहीं देखे तेरिया भी डीक दया हो डीक दया तू नहीं देखे आया आपदे तो तू भाई जमा नहीं बोलन दिंदी फिल्म दा प्रोड्यूसर फिल्म वेख रहा फिल्म दा राइटर वेख रहा बेबे दा सीन एक पक्का कर लो क्यों जी बनदा क्यों बई तैयार है बेबे तैयार हूं बेबे जमा तैयार है भाई नहीं कह दे यार चलो फिल्म आ रही है माता होरां दी बाई होरी बना रहे है देख के फिल्म च तां तैयार हां तैयार हूं ठीक है करैक्टर करोगे कब्बा जाके करैक्टर यानी के गोडे रह गए कसे पाए जाया मड्डे दे गोडे तां होर होर नवा लवा देंगे नवा ना गोडे नवे तां नहीं पोंदी रब बोल आही रखे मेरे गोडियां नु परमात्मा गोडे दा जानी तां फटा ना ताणी ताणी बणदे करके हां फिट पे रे अज तक गोडे नहीं लगे मम्मी दे पुराने कम्मां दीआं ते खराकां दा वी फर्क सी हैना ना सही गल ओ तो खराक तां हुण तैनूं पता इह जे खान हुंदा तियां दे विच हैना पर जान सी ਜਾਨ ਸੀਗੀ ਜਾਨ ਦੇ ਨਾਲ ਧੰਦਾ ਕੀਤਾ ਬਹੁਤ ਕੀਤਾ ਮਨ ਮਨ ਦੋ ਦੋ ਮਨ ਦੁੱਧ ਵੀ ਜੋਇਆ ਪਸ਼ੂ ਵੀ ਬਥੇਰੇ ਸੁੱਖ ਨਾਲ ਰੱਖੇ ਜਿੱਦਣ ਇਹਦਾ ਡੈਡੀ ਪੈਨਸ਼ਨ ਆ ਗਈ ਜੀ ਤੇ ਪਸ਼ੂ ਵੀ ਬਥੇਰੇ ਰੱਖੇ ਫੌਜ ਸੀਗਾ ਡੈਡੀ ਜੀ ਫੌਜ ਤੇ ਆਰਮੀ ਗੋਹਾ ਕੂੜਾ ਵੀ ਬਥੇਰਾ ਚੱਕਿਆ ਉੱਥੋਂ ਸਿੱਟ ਕੇ ਇੱਥੋਂ ਲਿਜਾ ਕੇ ਉੱਧਰ ਸਿੱਟਣਾ ਬਥੇਰਾ ਕੰਮ ਤਾਂ ਬਥੇਰਾ ਕੀਤਾ ਸੀ ਇਹ ਕੰਮ ਕਰਾਉਂਦਾ ਕਿ ਨਹੀਂ ਇਹ ਕਰਦਾ पशुआ हो गया अपने डेयरी भी होंगी बहुत सैटी अपा नु जानी के गाया भी कहते पिंड पर जिवे कहने होंगे भी कोई ਲੱਗਿਆ ਨਹੀਂ ਸਿਰੇ ਗੱਲ ਮੁੱਲ ਨਹੀਂ ਪਿਆ ਮਿਹਨਤ ਨਹੀਂ ਪਿਆ ਜਿਹੜੇ ਪਾਸੇ ਕੀਤੀ ਬਸ ਕਸ਼ਮ ਤੋਂ ਜੇ ਪੁੱਤ ਸਾਥ ਨਾ ਦੇਵੇ ਕੁਛ ਵੀ ਨਹੀਂ ਬਿਲਕੁਲ ਹਨਾ ਹੁਣ ਬੰਦਾ ਤਾਂ ਬਥੇਰਾ ਬੰਦਾ ਤਾਂ ਕਾਹਨੂੰ ਹੱਥ ਪਾਉਂਦਾ ਜਾਂਦਾ ਵਿਸ਼ਾਮ ਨੂੰ ਆ ਫਿਰ ਕਹਿ ਦੇਈਦਾ ਵੀ ਤੇਰੇ ਪਿਓ ਤਾਂ ਭਾਈ ਹੱਥ ਜਾ ਸੀ ਨਹੀਂ ਜੀ चल कोई ना मेरे पिछले कर्म देने जे अज पैसे देने वेखण को नजारा पूरा
ਮਾੜਾ ਉੱਚਾ ਨੀ ਬੋਲਦਾ। ਠੀਕ ਹੈ, ਤੇਰੇ ਤੇ ਸੋਹਣੇ ਜਰੂਰ ਲੱਗ ਜਾਂਦੀ ਹੈ। ਠੀਕ ਹੈ ਬਾਈ, ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਦਿੱਤਾ। ਮਾਂ ਬਹੁਤ ਵਧੀਆ ਲੱਗਿਆ ਤੇਰੇ ਨਾਲ ਗੱਲਬਾਤ ਕਰਕੇ। ਬਾਬਾ ਚੜ੍ਹਦੀ ਕਲਾ ਚ ਰੱਖੇ, ਫਿਰ ਤੇਰੇ ਪੋਤਿਆਂ ਦੀ ਇੰਟਰਵਿਊ ਕਰਨ ਆਵਾਂਗੇ, ਹਨਾ, ਉਹ ਮਸ਼ਹੂਰ ਹੋ ਜਾਣਗੇ। ਹਾਂ ਹੋ ਜਾਣਗੇ ਜ਼ਰੂਰ। ਹਾਂ ਜੀ, ਇਹ ਤਾਂ ਜੇ ਹਾਲ ਤੱਕ ਜੇ ਮਾਂ ਮੇਰੇ ਕੁੜੀ ਹੋ ਗਈ, ਮਾਂ ਹੋ ਜਾਂਦੇ, ਕੁੜੀ ਵੀ ਸਭ ਨੂੰ ਗੋਡੀ ਗੋਡੇ ਲਾਉਂਗੀ ਜੀ। ਕੁੜੀਆਂ ਕਿਹੜਾ ਮੇਰੇ ਕਿਹੜਾ ਧੀਆਂ ਨੀ ਸੀ, ਜੇ ਧੀਆਂ ਹੋਣਗੀਆਂ ਤਾਂ ਗਾਹਾਂ ਪੁੱਤ ਵਿਆਹੇ ਜਾਣਗੇ। ਬਿਲਕੁਲ ਜੀ ਸਹੀ, ਜੇ ਧੀਆਂ ਹੀ ਨੀ ਹੋਣਗੀਆਂ ਤੇ ਫਿਰ ਪੁੱਤ ਕਿੱਥੋਂ ਵਿਆਹੇ ਜਾਣਗੇ। ਤਾਂ ਹਰੇਕ ਹੀ ਕਹਿੰਦੀ ਮੁੰਡਾ ਹੋਵੇ, ਫਿਰ ਮੁੰਡਾ ਹੋਵੇ, ਮੁੰਡਾ ਹੋਵੇ, ਮੁੰਡਾ ਚਾਹੀਦਾ, ਕੁੜੀ ਤਾਂ ਕੋਈ ਮੰਗਦਾ। ਬਿਲਕੁਲ ਮਾਂ, ਕੋਈ ਮੰਗਦਾ? ਅੱਜ ਕੱਲ ਦੇ ਸਮੇਂ ਚ ਕੋਈ ਕਹਿ ਦਿਓ ਜੇ ਕੁੜੀ ਮੰਗਦਾ, ਜੇ ਕੁੜੀ ਹੋਊ ਤਾਂ ਪੁੱਤ ਵਿਆਹੇ ਜਾਣਗੇ। ਇਹ ਗੱਲ ਹੁੰਦਾ ਬਈ ਮੇਰਾ ਵੀ ਇਹ ਤਾਂ ਕਹੀ ਨੀ ਮੰਮੀ, ਫਿਰ ਗੱਲਾਂ ਲੱਖਾਂ ਵਾਲੀਆਂ ਕਰ ਜਾਂਦੀ ਹੈ, ਮੁੰਡਾ ਕਿੱਥੋਂ ਦੇਊਗੀ? ਪਹਿਲਾਂ ਇਹ ਵੀ ਦੱਸਣ ਮੁੰਡਾ ਦੇਊ ਕਿੱਥੋਂ ਤੁਹਾਨੂੰ। ਬਿਲਕੁਲ, ਉਹ ਨੀ ਨਾ ਸੋਚਣਾ। ਹਾਂ ਉਹ ਸੋਚਣਾ ਚਾਹੀਦਾ ਬੰਦੇ, ਜਿਹਦੇ ਧੀਆਂ ਵਾਲੇ ਹੁੰਦੇ ਆ ਉਹਦੇ ਚਾਰੇ ਪੱਲੇ ਲਿਬੜੇ ਹੁੰਦੇ। ਬਿਲਕੁਲ, ਉਹਦੇ ਚਾਰੇ ਪੱਲੇ ਲਿਬੜੇ ਹੁੰਦੇ, ਉਹਨੂੰ ਪਤਾ ਹੁੰਦਾ ਧੀਆਂ ਵਾਲਿਆਂ ਨੂੰ ਕਿੰਨਾ ਕੁ ਦੁੱਖ ਹੁੰਦਾ, ਕਿੰਨਾ ਕੁ ਸੁੱਖ ਹੁੰਦਾ। ਬਿਲਕੁਲ, ਅੱਜ ਕੱਲ ਦੇ ਤਾਂ ਜਾਣਦੇ ਕੁਛ ਨੀ, ਰਿਸ਼ਤੇ ਉਦੋਂ ਹੀ ਤੋੜ ਦਿੰਦੇ ਆ। ਅਗਲਾ ਦੂਜੀ ਪਹਿਲੀ ਵਾਰ ਗਈ, ਦੂਜੀ ਵਾਰ ਕਹੂ ਮੈਂ ਤਾਂ ਤਲਾਕ ਲੈਣਾ, ਸੁਧਰਨਾ ਚਾਹੀਦਾ, ਪੁੱਤਾਂ ਵਾਲਿਆਂ ਨੂੰ ਵੀ ਚਾਹੀਦਾ, ਧੀਆਂ ਵਾਲਿਆਂ ਨੂੰ ਵੀ ਚਾਹੀਦਾ। ਪੁੱਤ ਜਿਵੇਂ ਤੁਸੀਂ ਕਹੋਗੇ ਮੈਂ ਤਾਂ ਉਵੇਂ ਕਰ ਲੂੰਗੀ, ਮੈਂ ਤਾਂ ਤੁਹਾਡੇ ਮਾਲ ਕਰ ਲੂੰਗੀ। ਮੈਂ ਤਾਂ ਤਿਆਰ ਆ, ਗੱਲ ਤਾਂ ਕਰਦੇ ਜਿਵੇਂ ਤੁਸੀਂ ਕਹੋਗੇ ਉਵੇਂ। ਸ਼ੁਕਰੀਆ ਮਾਂ, ਬਹੁਤ ਬਹੁਤ ਮਿਹਰਬਾਨੀ। ਸੋ ਮਾਂ ਦੇ ਨਾਲ ਗੱਲਬਾਤ ਕੀਤੀ ਬਾਈ, ਅੰਦਰ ਹੋਰਾਂ ਦੀਆਂ ਤੁਸੀਂ ਅਕਸਰ ਵੀਡੀਓ ਵੇਖੀਆਂ ਨੇ, ਗਾਣੇ ਵੀ ਸੁਣਿਆ, ਤੇ ਜਿਹਨੇ ਨਹੀਂ ਸੁਣਿਆ ਹੁਣ ਦੁਬਾਰਾ ਸੁਣ ਲਿਓ ਜੀ। ਗੱਲਬਾਤ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਜੁੜਨਾ, ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ। ਜੁੜੇ ਰਹੋ ਸ਼ਬਦ ਟੀਵੀ ਦੇ ਨਾਲ, ਅਜਿਹੀਆਂ ਹੋਰ ਵੀਡੀਓ ਵੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਕੈਮਰਾਮੈਨ ਹਰੀਪਾਲ ਵਿੱਕੀ ਦੇ ਨਾਲ ਮੈਂ ਪਰਮਜੀਤ ਸਿੰਘ। ਪਿਆਰ ਦਿੱਤਾ ਨਾ, ਪਿਆਰ ਮਾਂ ਤੋਂ ਲਿਆ ਨਾ ਮਾਂ ਨੂੰ ਦਿੱਤਾ ਜੀ। ਸ਼ੁਕਰੀਆ ਮਾਂ, ਸਾਨੂੰ ਵੀ ਬਹੁਤ ਵਧੀਆ ਲੱਗਿਆ। ਮਾਂ ਤਾਂ ਫਿਰ ਪੁੱਤਾਂ ਦੇ ਸਿਰ ਤੇ ਸ਼ੇਰ ਹੁੰਦੇ ਨੇ, ਤੇ ਪੁੱਤ ਵੀ ਮਾਂ ਬਿਨਾਂ ਕੱਖ ਨਹੀਂ ਹੁੰਦੇ। ਨਹੀਂ ਹੁੰਦੇ, ਨਹੀਂ ਹੁੰਦੇ। ਸਾਡਾ ਇੰਦਰ ਬੈਣੀ ਆਪ ਦੇ ਨਾਂ ਤੇ ਸਾਡਾ ਇੰਸਟਾ ਅਕਾਊਂਟ, ਯੂਟਿਊਬ ਤੇ ਵੀ ਇਹੀ ਨਾਂ ਤੇ ਸਾਡਾ, ਫੇਸਬੁੱਕ ਤੇ, ਯਾਨੀ ਸਾਰੇ ਕਿਤੇ ਇੰਦਰ ਬੈਣੀ ਆਪ ਦੇ ਨਾਂ ਤੇ ਹੈ ਜਿੱਥੇ ਤੁਸੀਂ ਸਾਨੂੰ ਦੇਖਦੇ ਹੋ। ਠੀਕ ਹੈ, ਦੁਨੀਆ ਜਿਹੜੀ ਆ ਸਾਰੇ ਦੁਖੀ ਤੋਂ ਦੁਖੀ ਬੰਦੇ ਪਏ ਆ, ਤੇ ਸਾਨੂੰ ਇੰਨੇ ਕ ਮੋਟੀਵੇਸ਼ਨ ਮੈਸੇਜ ਆਉਂਦੇ ਆ ਜਿਹਦੇ ਨਾਲ ਸਾਡਾ ਹੋਰ ਜੀ ਕਰਦਾ ਵੀ ਅਸੀਂ ਵੀਡੀਓ ਬਣਾਈਏ, ਹਨਾ। ਅਗਲਾ ਕਹਿੰਦਾ ਬਾਈ ਮੈਂ ਤੁਹਾਡੀ ਵੀਡੀਓ ਦੇਖੀ, ਕੋਈ ਮੇਰੀ ਭੈਣ ਕਹਿੰਦੀ ਆ ਵੀਰੇ ਮੈਂ ਤੁਹਾਡੀਆਂ ਵੀਡੀਓ ਦੇਖੀਆਂ ਸੀਗੀਆਂ, ਵੀ ਅਸੀਂ ਆਏ ਆ ਵੀ ਮੈਂ ਤਾਂ ਦੁਖੀ ਜਿਹੀ ਹੋਈ ਬੈਠੀ, ਮੇਰਾ ਮੂਡ ਆਫ ਸੀ, ਉਹ ਕੁਦਰਤੀ ਮੈਂ ਦੇਖਦੀ ਸੀ ਇੰਸਟਾਗ੍ਰਾਮ ਕਿਤੇ ਤੁਹਾਡੀ ਮੂਡ ਦੀ ਵੀਡੀਓ ਨਾ ਗਈ, ਫਿਰ ਵੀਰੇ ਮੈਂ ਤੁਹਾਡੀ ਵੀਡੀਓ ਦੇਖੀ ਵੀ ਮੈਨੂੰ ਬਹੁਤ ਵਧੀਆ ਲੱਗਿਆ, ਮੈਂ ਹੱਸਿਆ, ਹੋਰ ਖੁਸ਼ੀ ਹੁੰਦੀ ਹੈ, ਤੇ ਉਦੋਂ ਫਿਰ ਸਾਨੂੰ ਵੀ ਖੁਸ਼ੀ ਮਿਲਦੀ ਹੈ ਵੀ ਚਲੋ ਕੋਈ ਚੰਗਾ ਕੰਮ ਕਰਦੇ ਆ ਵੀ ਲੋਕਾਂ ਨੂੰ, ਚਲੋ ਹਸਾਉਣੇ ਹੀ ਆ ਨਾ ਕਈ, ਚਲੋ ਸਾਡੇ ਤੇ ਵੀ ਹੱਸਦੇ ਆ, ਪਰ ਆਪਾਂ ਉਹਨਾਂ ਦਾ ਗੁੱਸਾ ਨਹੀਂ ਕਰੀਦਾ, ਕਿਉਂਕਿ ਜੀ 100 ਚੋਂ 80 ਬੰਦੇ ਤੁਹਾਡੇ ਨਾਲ ਆ ਤੇ 20 ਬੰਦੇ ਤੁਹਾਡੀ ਬੁਰਾਈ ਕਰਨ ਵਾਲੇ ਆ, ਤੁਸੀਂ ਉਦੋਂ ਗਾਂ ਵੱਧ ਵਧੋਗੇ ਜੀ, ਕਿਉਂਕਿ ਜਿੰਨਾ ਤੁਹਾਡਾ ਵਿਰੋਧ ਹੋਊ ਉਨੀ ਤੁਹਾਡੀ ਚੜ੍ਹਤ ਤਰੱਕੀ ਵੀ ਹੋਣੀ ਹੈ ਜੀ। ਸ਼ੁਕਰੀਆ ਬਾਈ, ਬਾਈ ਹੋਰਾਂ ਦੀ ਆਈਡੀ ਤੇ ਜ਼ਰੂਰ ਜਾਇਓ ਤੇ ਜ਼ਰੂਰ ਮਾਂ ਦੀਆਂ ਗਾਲਾਂ ਤੇ ਗੱਲਾਂ ਉਹ ਸੁਣ ਸਕਦੇ।